ਵਿਰਾਜਮਾਨ ਹੈ ਔਰ ਤੁਸੀਂ ਸਾਰੇ ਬੜੇ ਕਰਮਾਂ ਵਾਲੇ ਹੋ ਕਿ ਸਤਿਗੁਰੂ ਦੀ ਗੋਦ ਦਾ ਨਿੱਘ ਮਾਣ ਰਹੇ ਹੋ। ਕਿਉਂਕਿ ਭਾਗਾਂ ਵਾਲੇ ਹੁੰਦੇ ਨੇ ਉਹ ਲੋਕ ਜਿਹੜੇ ਸਤਿਗੁਰਾਂ ਦੇ ਸਾਹਮਣੇ ਬੈਠਦੇ ਨੇ, ਕਿਉਂਕਿ ਅੱਜ ਦਾ ਟਾਈਮ ਉਹ ਵੀ ਹੈ ਕਿ ਬਹੁਤ ਸਾਰੇ ਲੋਕ ਹੌਸਪੀਟਲਾਂ 'ਚ ਬੈਠੇ ਹਾਏ ਹਾਏ ਕਰ ਰਹੇ ਆ, ਬਹੁਤ ਸਾਰੇ ਲੋਕ ਜੇਲ੍ਹਾਂ 'ਚ ਬੈਠੇ ਨੇ ਅਰਦਾਸ ਕਰ ਰਹੇ ਨੇ ਕਿ ਪਰਮਾਤਮਾ ਕਰਮ ਕਰ ਕਿ ਅਸੀਂ ਵੀ ਬਾਹਰਲੀ ਦੁਨੀਆ ਦੇਖੀਏ। ਸੋ ਦੁਨੀਆ ਬਹੁਤ ਦੁਖੀ ਹੈ, ਤੁਸੀਂ ਬੜੇ ਕਰਮ ਵਾਲੇ ਹੋ, ਬੜੇ ਭਾਗਾਂ ਵਾਲੇ ਹੋ, ਆਓ ਇੱਕ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ। ਆਓ ਇੰਤਜ਼ਾਰ ਦੀਆਂ ਘੜੀਆਂ ਨੂੰ ਖਤਮ ਕਰਦੇ ਹਾਂ, ਕਿਉਂਕਿ ਮੈਂ ਜ਼ਿਆਦੀਆਂ ਗੱਲਾਂ ਨਹੀਂ ਕਰੂੰਗਾ। ਜਿਨ੍ਹਾਂ ਨੂੰ ਤੁਹਾਡੇ ਰੂਬਰੂ, ਤੁਹਾਡੇ ਮੁਖਾਤੇ ਆਪਾਂ ਤੁਹਾਡੇ ਸਨਮੁਖ ਪੇਸ਼ ਕਰਨਾ ਹੈ, ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਸਤਿਗੁਰਾਂ ਦਾ ਬੜਾ ਕਰਮ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਨਾਨਕ ਜੀ, ਸਾਡੇ ਬਾਬੇ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਦੀ ਬਾਣੀ ਹੈ, ਜਿੰਨੇ ਭਗਤਾਂ ਦੀ ਬਾਣੀ ਹੈ। ਇਹ ਗੁਰਬਾਣੀ ਦਾ ਬੜਾ ਵੱਡਾ ਇੱਕ ਸਾਡੇ 'ਤੇ ਕਰਮ ਹੈ ਕਿ ਜਿਹਨੇ ਜਿਹਨੇ ਗੁਰਬਾਣੀ ਨੂੰ ਸਮਝਿਆ ਉਹਨੂੰ ਕਿਸੇ ਕੋਲ ਜਾਣ ਦੀ ਲੋੜ ਨਹੀਂ ਪੈਂਦੀ। ਸੋ ਜੇ ਗੁਰੂ ਘਰ ਜਾਂਦੇ ਹੋ, ਗੁਰਬਾਣੀ ਸੁਣਦੇ ਹੋ ਤਾਂ ਸਮਝਿਆ ਵੀ ਕਰੋ ਉਹਨੂੰ। ਆਓ ਇੰਤਜ਼ਾਰ ਦੀਆਂ ਘੜੀਆਂ ਨੂੰ ਖਤਮ ਕਰਦੇ ਹਾਂ, ਤੁਹਾਡੇ ਰੂਬਰੂ, ਤੁਹਾਡੇ ਮੁਖਾਤਿਬ ਕਰੀਏ ਉਸ ਆਵਾਜ਼ ਨੂੰ ਜੋ ਕਿ ਪੰਜਾਬੀ ਅਲਫਾਜ਼ਾਂ ਦੀ ਇੱਕ ਖੁੱਲ੍ਹੀ ਕਿਤਾਬ ਹੈ, ਜਨਾਬ ਦੇਬੀ ਮਖਸੂਸਪੁਰੀ ਸਾਹਿਬ। ਮਖਸੂਸਪੁਰੀ ਸਾਹਿਬ ਜੀ, ਕਿਉਂਕਿ ਤੁਸੀਂ ਸਾਰੇ ਸਤਿਗੁਰਾਂ ਦੀ ਬਾਣੀ ਦੇ ਨਾਲ ਜੁੜੇ ਹੋ, ਔਰ ਇੱਕ ਵਾਰ ਫਿਰ ਤੋਂ ਧੰਨ ਧੰਨ ਬਾਬਾ ਰਾਮ ਜੋਗੀ ਪੀਰ ਜੀ, ਜਿਨ੍ਹਾਂ ਦਾ ਅੱਜ 61ਵਾਂ ਸਾਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ, ਔਰ ਸਤਿਗੁਰਾਂ ਦੀ ਬਾਣੀ ਦਾ ਗੁਣਗਾਨ ਕਰਨ ਦਾ ਜਿਹੜਾ ਹੁਕਮ ਹੋਇਆ ਉਹ ਜਨਾਬ ਦੇਬੀ ਮਖਸੂਸਪੁਰੀ ਉਹਨਾਂ ਨੂੰ ਹੋਇਆ ਹੈ। ਅਤੇ ਬਿਲਕੁਲ ਆਪ ਸਭ ਦੇ ਰੂਬਰੂ, ਆਪ ਸਭ ਦੇ ਮੁਖਾਤਿਬ, ਤੁਹਾਡੀ ਆਪਣੀ ਹਰਮਨ ਪਿਆਰੀ ਆਵਾਜ਼ ਔਰ ਸਤਿਗੁਰਾਂ ਦੇ ਆਸ਼ੀਰਵਾਦ ਦੇ ਨਾਲ ਨਿਵਾਜ਼ੀ ਹੋਈ ਆਵਾਜ਼, ਜਨਾਬ ਦੇਬੀ ਮਖਸੂਸਪੁਰੀ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ 'ਚ ਬਿਰਾਜਮਾਨ ਸਾਧ ਸੰਗਤ ਜੀ, ਫਤਿਹ ਸਾਂਝੀ ਕਰੋ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਮੁੱਚੀ ਸੰਗਤ ਨੂੰ ਬਾਬਾ ਰਾਮ ਜੋਗੀ ਪੀਰ ਜੀ ਉਹਨਾਂ ਦੇ ਸਾਲਾਨਾ ਉਰਸ ਦੀਆਂ ਬਹੁਤ ਬਹੁਤ ਮੁਬਾਰਕਾਂ। ਪ੍ਰਬੰਧਕ ਕਮੇਟੀ ਨੂੰ NRI ਵੀਰ ਅਤੇ ਸਾਰਾ ਨਗਰ ਸਮੁੱਚਾ ਚਾਲ ਕਲਾਂ ਜਿਨ੍ਹਾਂ ਦੇ ਸਹਿਯੋਗ ਨਾਲ ਵਿਸ਼ੇਸ਼ ਉੱਦਮ ਨਾਲ ਅਤੇ ਮਾਲਕਾਂ ਦੇ ਆਸ਼ੀਰਵਾਦ ਨਾਲ ਇਹ ਸਾਲਾਨਾ ਮੇਲਾ ਹੋ ਰਿਹਾ। ਬਹੁਤ ਬਹੁਤ ਵਧਾਈਆਂ ਸਾਰੀ ਸੰਗਤ ਨੂੰ। ਅਸੀਂ ਸ਼ੁਕਰਗੁਜ਼ਾਰ ਹਾਂ ਤਮਾਮ ਪ੍ਰਬੰਧਕ ਕਮੇਟੀ ਦੇ, ਨਗਰ ਨਿਵਾਸੀਆਂ ਦੇ, ਜਿਨ੍ਹਾਂ ਨੇ ਪਹਿਲੀ ਵਾਰੀ ਸਾਨੂੰ ਇਸ ਉਰਸ 'ਤੇ ਕਿਉਂਕਿ ਅਸੀਂ ਜ਼ਿਆਦਾਤਰ ਸਾਡੇ ਜਿਹੜੇ ਪ੍ਰੋਗਰਾਮ ਹਾਜ਼ਰੀਆਂ ਹੁੰਦੀਆਂ ਕਲਚਰਲ ਐਕਟੀਵਿਟੀ ਹੁੰਦੀਆਂ, ਜ਼ਿਆਦਾ ਸੱਭਿਆਚਾਰਕ ਗਤੀਵਿਧੀਆਂ ਇਸ ਪਾਵਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬਹੁਤ ਘੱਟ ਸਾਨੂੰ ਹਾਜ਼ਰ ਹੋਣ ਦਾ ਮੌਕਾ ਮਿਲਦਾ। ਤੋ ਅਸੀਂ ਪਹਿਲਾਂ ਹੀ ਮੁਆਫ਼ੀ ਮੰਗ ਲੈਂਦੇ ਹਾਂ ਸੱਚੇ ਪਾਤਸ਼ਾਹ ਤੋਂ, ਸੰਗਤ ਤੋਂ। ਬਹੁਤ ਸਾਰੀਆਂ ਕਮੀਆਂ ਪੇਸ਼ੀਆਂ, ਕੋਈ ਸ਼ਬਦ ਅੱਗੇ ਪਿੱਛੇ ਨਾ ਹੋ ਜਾਏ, ਅਸੀਂ ਅਰਦਾਸ ਕਰਦੇ ਹਾਂ ਮਾਲਕ ਕਿਰਪਾ ਕਰਨ ਅਤੇ ਤੁਸੀਂ ਬਖਸ਼ਣਯੋਗ। ਅਤੇ ਸ਼ੁਰੂਆਤ ਕਰਦੇ ਹਾਂ, ਕੋਸ਼ਿਸ਼ ਕਰਾਂਗੇ। ਗੁਰ ਇਤਿਹਾਸ, ਸਿੱਖ ਇਤਿਹਾਸ, ਪੰਜਾਬ ਦੇ ਯੋਧਿਆਂ ਦੀ, ਸ਼ਹੀਦਾਂ ਦੀ ਗੱਲਬਾਤ ਅਸੀਂ ਜਿੰਨੀ ਕੁ ਕਰ ਸਕੇ ਅਸੀਂ ਕੋਸ਼ਿਸ਼ ਕਰਾਂਗੇ। ਇੱਕ ਵਾਰ ਫਿਰ ਸਾਰੀ ਸੰਗਤ ਦਾ ਬਹੁਤ ਧੰਨਵਾਦ, ਪ੍ਰਬੰਧਕ ਕਮੇਟੀ ਦਾ ਅਤੇ ਸਾਰੇ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਪਾਵਨ ਉਰਸ ਦੀ। ਉੱਠ ਫਰੀਦਾ ਸੁੱਤਿਆ, ਝਾੜੂ ਦੇ ਮਸੀਤ, ਤੂੰ ਸੁੱਤਾ ਰੱਬ ਜਾਗਦਾ, ਤੇਰੀ ਡਾਂਡੇ ਨਾਲ ਪਰੀ। ਫਰੀਦਾ ਜਿੰਨੀ ਕਮੀ ਨਾ ਹੈ ਗੁਣ, ਸੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਸੀ ਸਾਈਂ ਦੇ ਦਰਬਾਰ। ਫਰੀਦਾ ਗਲੀਏ ਚਿੱਕੜ ਦੂ, ਨਾਲ ਪਿਆਰੇ ਨੇ ਹੋ, ਚਲਾ ਤਾਂ ਭਿੱਜੈ ਕੰਬਲੀ, ਜੇ ਰਹਾ ਤਾਂ ਟੁੱਟੇ ਨੇ। ਭਿੱਜਿਓ ਸਿੱਜਿਓ ਕੰਬਲੀ, ਅੱਲਾ ਵਰਸਿਓ ਮੇ ਹੋ,
ਜਾਏ ਮਿਲਾ ਤਿਨਾ ਸੱਜਣਾ ਟੁੱਟੇ ਨਹੀਂ ਨੇ ਹੋ। ਪੰਜਵਾਂ ਕਲਾ ਬਚਾ ਕੇ ਜੀ ਥੋੜਾ ਜਿਹਾ, ਹਾਂਜੀ ਆ ਜਾਓ ਫਿਰ। ਦਿਲ ਦੀਆਂ ਜਾਣਨ ਵਾਲਾ ਹਰ ਇੱਕ ਰਮਜ਼ ਪਛਾਣਨ ਵਾਲਾ ਤੂੰ ਹੈ ਸਾਈਂ ਸਭ ਦੇ ਸਿਰਦਾ ਤੇਰੇ ਨਾਂ ਦਾ ਮਣਕਾ ਫਿਰਦਾ ਸਗਲੇ ਲੇਖਾਂ ਦਾ ਲੇਖਾਰੀ ਤੂੰ ਦਾ ਤਹਮ ਹੈ ਬੇਕਾਰੀ ਮੇਰ ਤੇਰੀ ਦਾ ਕਿਣਕਾ ਪੈ ਜੇ ਮੇਰ ਤੇਰੀ ਦਾ ਕਿਣਕਾ ਪੈ ਜੇ ਰਹਿੰਦਾ ਤੂੰ ਜਿਹੜੇ ਹਾਲ ਚ ਰੱਖੇ ਉਸ ਹਾਲ ਚ ਰਹਿਣਾ ਪੈਂਦਾ ਤੂੰ ਜਿਹੜੇ ਹਾਲ ਚ ਰੱਖੇ ਉਸ ਹਾਲ ਚ ਰਹਿਣਾ ਪੈਂਦਾ ਇਹ ਦੁਨੀਆ ਹੈ ਤੇਰੀ ਮਾਲਕਾ ਜਾਣਦੇ ਤੈਨੂੰ ਕਿੰਨੇ ਆਕੀ ਕਿੰਨੇ ਬਾਕੀ ਕਿੰਨੇ ਕੋਟ ਤੇਰੇ ਆਰਾਧੀ ਜਿਹੜੇ ਤੇਰੇ ਜਾਣੇ ਜਾਂਦੇ ਸਭ ਤੋਂ ਅੱਧ ਪਛਾਣੇ ਜਾਂਦੇ ਸੰਤ ਭਗਤ ਗੁਰ ਪੀਰ ਫਕੀਰ ਸਭਨਾਂ ਵਿੱਚ ਤੇਰੀ ਤਸਵੀਰ ਪਹੁੰਚਾ ਦੇ ਦੇਵੀ ਮੁਰਸ਼ਿਦ ਤਾਈ ਕਹਿੰਦਾ ਤੂੰ ਜਿਹੜੇ ਹਾਲ ਚ ਰੱਖੇ ਉਸ ਹਾਲ ਚ ਰਹਿਣਾ ਪੈਂਦਾ ਤੂੰ ਜਿਹੜੇ ਹਾਲ ਚ ਰੱਖੇ ਉਸ
ਹੱਥ ਰਹਿਣਾ ਪੈਂਦਾ। ਇਹ ਦੁਨੀਆ ਹੈ ਤੇਰੀ ਮਾਲਕਾ, ਨੀ ਸਪਾ ਨੀ ਸਾ 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 ਸਾ, ਨੀ ਸਪਾ ਨੀ ਰੇ 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 ਰੇ, ਨੀ ਸਪਾ ਨੀ ਗਾ 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 ਗਾ, ਮਾ ਗਾ ਰੇ 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 ਸਾ, ਨੀ ਸਪਾ ਨੀ ਸਾ 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 ਸਾ, ਨੀ ਸਪਾ ਨੀ ਰੇ 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 ਰੇ, ਨੀ ਸਪਾ ਨੀ ਗਾ 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 ਗਾ, ਮਾ ਗਾ ਰੇ 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 ਸਾ। ਮਿਹਰਬਾਨੀ, ਬਹੁਤ ਬਹੁਤ ਸ਼ੁਕਰਾਨਾ ਸੁੱਚੀ ਸੰਗਤ ਵੱਲੋਂ, ਬਹੁਤ ਸਾਰਾ ਆਸ਼ੀਰਵਾਦ ਸਾਡੇ ਸੰਗੀਤ ਪਰਿਵਾਰ ਨੂੰ, ਬਹੁਤ ਬਹੁਤ ਸ਼ੁਕਰਾਨਾ ਪਰਮਾਤਮਾ ਸੱਚਾ ਪਾਤਸ਼ਾਹ ਮਾਲਕ ਰਹਿਮਤ ਕਰੇ, ਖੁਸ਼ੀਆਂ ਖਜ਼ਾਨੇ ਭਰੇ ਰੱਖੇ, ਕਿਰਤ ਕਮਾਈ 'ਚ ਵਾਧਾ ਕਰੇ। ਮਾਸਟਰ ਜੋਗਾ ਸਿੰਘ ਜੀ, ਕਿਆ ਬਾਤ, ਬੜੇ ਦੇਰ ਬਾਅਦ ਦਰਸ਼ਨ ਹੋਏ। ਇੱਕ ਇਸੇ ਪਿੰਡ ਦਾ ਸਾਡਾ ਵੀਰ ਹੈ ਗੁਰਵਿੰਦਰ ਸਿੰਘ, ਕੈਲੀਫੋਰਨੀਆ ਰਹਿੰਦਾ, ਉਹਨਾਂ ਦਾ ਫੋਨ ਆਇਆ ਸੀ, ਉਹਨਾਂ ਨੇ ਇੱਕ ਦੋ ਮੈਨੂੰ ਫਰਮਾਇਸ਼ਾਂ ਲਿਖਾਈਆਂ ਸੀ, ਕਹਿੰਦਾ ਮੇਰਾ ਪਿੰਡ ਆ, ਮੈਂ ਕਹਿੰਦਾ ਜ਼ਰੂਰ ਕੋਸ਼ਿਸ਼ ਕਰਾਂਗਾ। ਸੱਚੇ ਮਨ ਤੋਂ ਸਿਮਰਨ ਕਰਿਆ ਹਰ ਇੱਕ ਦੁੱਖ ਮਿਟ ਜਾਵੇ, ਆਪਣੇ ਅਤੇ ਪਰਾਇਆਂ ਅੰਦਰ ਕੋਈ ਫਰਕ ਨਜ਼ਰ ਨਾ ਆਵੇ, ਉਸ ਤੋਂ ਮੰਗ ਜੋ ਦੇ ਕੇ ਮਗਰੋਂ ਨਾ ਅਹਿਸਾਨ ਜਤਾਵੇ, ਛੱਡ ਬਾਕੀ ਦਰ ਇੱਕੋ ਹੀ ਮੱਲ ਲੈ, ਉਹ ਛੱਡ ਬਾਕੀ ਦਰ ਇੱਕੋ ਹੀ ਮੱਲ ਲੈ, ਤੈਨੂੰ ਜੇ ਮੁਕਤੀ ਮਿਲ ਜਾਵੇ, ਤੈਨੂੰ ਜੇ ਮੁਕਤੀ ਮਿਲ ਜਾਵੇ। ਬੰਦਿਆ ਜੇ ਸੁਲਝਾਉਣੀ ਚਾਹੁੰਦੇ ਉਲਝੀ ਜੀਵਨ ਤਾਣੀ ਨੂੰ, ਤੱਕ ਆਸਰਾ ਉਸ ਖੁਦਾ ਦਾ, ਪੜ ਲੈ ਤੂੰ ਗੁਰਬਾਣੀ ਨੂੰ, ਪੜ ਲੈ ਤੂੰ ਗੁਰਬਾਣੀ ਨੂੰ, ਸਤਨਾਮ ਵਾਹਿਗੁਰੂ ਵਾਹਿ
ਵਾਹਿਗੁਰੂ ਸਤਨਾਮ ਸਤਨਾਮ
ਬਹੁਤ ਬਹੁਤ ਸ਼ੁਕਰਾਨਾ, ਬਹੁਤ ਸਾਰਾ ਆਸ਼ੀਰਵਾਦ ਸੰਗਤ ਵੱਲੋਂ, ਬੀਬੀਆਂ ਭੈਣਾਂ ਵੱਲੋਂ, ਸਾਰੇ ਵੱਡਿਆਂ ਵੱਲੋਂ, ਛੋਟਿਆਂ ਵੱਲੋਂ ਬਹੁਤ ਸਾਰਾ ਆਸ਼ੀਰਵਾਦ, ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਭ ਦੀ। ਮੇਰੇ ਖਿਆਲ ਦੂਜੀਆਂ ਚਾਲਾਂ ਵਿੱਚ ਗਰਮੀਆਂ ਨੂੰ ਬਰਸੀ ਹੁੰਦੀ ਇਹ। ਹਾਂਜੀ, ਮੈਨੂੰ ਯਾਦ ਆ ਰਿਹਾ ਸੀ ਬਹੁਤ ਸਾਲ ਪਹਿਲਾਂ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਗਾਇਕੀ ਦੀ, ਮੈਨੂੰ ਯਾਦ ਹੈ ਦੋ ਕੁ ਵਾਰ ਅਸੀਂ ਹਾਜ਼ਰੀ ਉੱਥੇ ਲਵਾਈ ਸੀ, ਪਰ ਬਹੁਤ ਸਾਲ ਹੋ ਗਿਆ ਮੈਨੂੰ ਲੱਗਦਾ, ਸ਼ਾਇਦ 20 ਸਾਲ ਦੇ ਕਰੀਬ। ਮੈਨੂੰ ਯਾਦ ਹੈ ਉਹ ਗਰਮੀਆਂ ਦਾ ਸਮਾਂ ਸੀ, ਮੇਰੇ ਖਿਆਲ ਮਈ ਜੂਨ ਮਹੀਨਾ। ਸਮੁੱਚੇ ਸ਼ਹੀਦਾਂ ਨੂੰ ਨਮਨ ਕਰਦੇ ਹੋਏ, ਉਹਨਾਂ ਨੂੰ ਸ਼ਰਧਾਂਜਲੀ ਪੇਸ਼ ਕਰਦੇ ਹੋਏ ਇੱਕ ਰਚਨਾ ਕਹਿਣੀ ਚਾਹਾਂਗੇ। ਕਿਉਂਕਿ ਆਪਾਂ ਅਕਸਰ ਗੱਲ ਕਰਦੇ ਹਾਂ ਕਿ ਆਪਾਂ ਘਰਾਂ 'ਚ ਸੁਰੱਖਿਅਤ ਤਾਂ ਸੌਂਦੇ ਹਾਂ, ਨਿਸ਼ਚਿੰਤ ਹੋ ਕੇ ਨੀਂਦ ਤਾਂ ਮਾਣਦੇ ਹਾਂ ਕਿ ਫੌਜੀ ਜਵਾਨ ਬਾਰਡਰਾਂ 'ਤੇ ਖੜ੍ਹੇ ਆ, ਫੌਜੀ ਵੀਰ ਖੜ੍ਹੇ ਆ, ਉਹ ਕਿਸੇ ਵੀ ਆਫਤ ਦਾ ਟਾਕਰਾ ਕਰਨ ਲਈ ਖੜ੍ਹੇ ਆ, ਉਹਨਾਂ ਦੇ ਸਿਰ 'ਤੇ ਅਸੀਂ ਆਪਣੀਆਂ ਲੰਮੀਆਂ ਤਾਣ ਕੇ ਸੌਂਦੇ ਹਾਂ। ਸੋ ਸਿਆਣੇ ਹਮੇਸ਼ਾ ਕਹਿੰਦੇ ਕਿ ਜਿਹੜੀਆਂ ਕੌਮਾਂ, ਜਿਹੜੇ ਖਿੱਤੇ ਦੇ ਲੋਕ ਜੇ ਆਜ਼ਾਦੀ ਮਾਣ ਰਹੇ ਆ, ਉਹਨਾਂ ਨੂੰ ਜ਼ਿੰਦਗੀ ਦੇ ਮੁੱਢਲੇ ਹਕੂਕ ਪ੍ਰਾਪਤ ਹੈ, ਉਹਨਾਂ ਦੀ ਜ਼ਿੰਦਗੀ ਸੌਖੀ ਹੈ, ਉਹ ਸਾਰਾ ਸਿਹਰਾ ਉਹਨਾਂ ਸ਼ਹੀਦਾਂ ਨੂੰ ਜਾਂਦਾ ਹੁੰਦਾ ਜਿਨ੍ਹਾਂ ਨੇ ਅਲੱਗ ਅਲੱਗ ਵਕਤ 'ਤੇ ਮੁਲਕ ਵਤਨ ਲਈ, ਆਪਣੇ ਇਸ਼ਟ ਲਈ, ਆਪਣੇ ਇੱਕ ਮਕਸਦ ਲਈ ਕੁਰਬਾਨੀ ਦਿੱਤੀ ਹੁੰਦੀ ਹੈ, ਸ਼ਹਾਦਤ ਦਿੱਤੀ ਹੁੰਦੀ ਹੈ, ਅਤੇ ਉਹਨਾਂ ਨੂੰ ਯਾਦ ਕਰਦਾ ਇੱਕ ਸਾਡਾ ਨਗਮਾ। ਸਿਰ ਦਿੱਤੀਆਂ ਬਾਜ ਨਾ ਇਸ਼ਕ ਪੁੱਗਦਾ, ਤੇ ਮੁਫਤ ਵਿੱਚ ਨਾ ਯਾਰ ਦੇ ਦੀਦ ਹੁੰਦੇ, ਬਿਨਾਂ ਲੋੜ ਤੋਂ। ਕਿਉਂ ਅਸੀਂ ਦੁਨਿਆਵੀ ਲੋਕ ਹਾਂ, ਜਿੱਥੇ ਜਾਂਦੇ ਹਾਂ ਆਪਣੇ ਕਿਸੇ ਮਕਸਦ ਲਈ ਜਾਂਦੇ ਹਾਂ, ਆਪਣੀ ਲੋੜ ਲਈ ਜਾਂਦੇ ਹਾਂ, ਗੁਰੂ ਘਰਾਂ ਜਾਂਦੇ ਹਾਂ, ਪੀਰਾਂ ਫਕੀਰਾਂ ਦੇ ਜਾਂਦੇ ਹਾਂ, ਆਪਣੀਆਂ ਮੰਗਾਂ ਲੈ ਕੇ ਜਾਂਦੇ ਹਾਂ ਅਸੀਂ, ਬਿਨਾਂ ਲੋੜ ਤੋਂ ਮੁਰਸ਼ਿਦ ਦੀ ਕਰਨ ਸੇਵਾ, ਵਿਰਲੇ ਟਾਵੇਂ ਹੀ ਐਸੇ ਮੁਰੀਦ ਹੁੰਦੇ, ਮੌਤ ਦੂਜੇ ਦੀ ਮਰਨਾ ਤਾਂ ਬਹੁਤ ਮੁਸ਼ਕਿਲ, ਆਪਣੇ ਲਈ ਨਾ ਕਫਨ ਖਰੀਦ ਹੁੰਦੇ। ਸੂਰਜ ਚੰਨ ਸਿਤਾਰੇ ਬਣ ਜਾਣ ਦੇ ਵੀ ਖਾਤਰ ਵਤਨ ਦੀ ਜਿਹੜੇ ਸ਼ਹੀਦ ਹੁੰਦੇ, ਖਾਤਰ ਵਤਨ ਦੀ ਜਿਹੜੇ ਸ਼ਹੀਦ ਹੁੰਦੇ।
ਹਾਂਜੀ ਦੁਨੀਆਂ ਦੇ ਮੇਲੇ ਵਿੱਚ ਲੋਕੀ ਆਉਂਦੇ ਰਹਿੰਦੇ ਆ ਦੁਨੀਆਂ ਦੇ ਮੇਲੇ ਵਿੱਚ ਦੁਨੀਆਂ ਦੇ ਮੇਲੇ ਵਿੱਚ ਦੁਨੀਆਂ ਦੇ ਮੇਲੇ ਵਿੱਚ ਲੋਕੀ ਆਉਂਦੇ ਰਹਿੰਦੇ ਦੁਨੀਆਂ ਦੇ ਮੇਲੇ ਵਿੱਚ ਦੁਨੀਆਂ ਦੇ ਮੇਲੇ ਵਿੱਚ ਲੋਕੀ ਆਉਂਦੇ ਰਹਿੰਦੇ ਮਰ ਜਾਂਦੇ ਜੋ ਦੇਸ਼ ਲਈ ਉਹ ਜਿਉਂਦੇ ਸੌਦਾ ਸਿਰਾਂ ਬੱਟੇ ਸਰਦਾਰੀ ਦਿੱਤੀ ਜੋ ਤਲਵਾਰ ਜੋ ਜਨਮੇ ਜੋ ਤਲਵਾਰ ਜੋ ਜਨਮੇ ਉਹ ਹੋਣੀ ਨਾਲ ਕਹਿੰਦੇ ਮਰ ਜਾਂਦੇ ਜੋ ਦੇਸ਼ ਲਈ ਉਹ ਜਿਉਂਦੇ ਰਹਿੰਦੇ ਮਰ ਜਾਂਦੇ ਜੋ ਦੇਸ਼ ਲਈ ਉਹ ਜਿਉਂਦੇ ਰਹਿੰਦੇ ਗਦਰ ਲਹਿਰ ਜਿਹੜੀ 1914-15 ਚੱਲੀ ਤੁਹਾਨੂੰ ਪਤਾ ਕਿੱਡਾ ਵੱਡਾ ਯੋਗਦਾਨ ਸੀ ਬ੍ਰਿਟਿਸ਼ ਨੂੰ ਤੋਂ ਆਜ਼ਾਦ ਕਰਵਾਉਣ ਲਈ ਮੁਲਕ ਨੂੰ ਗਦਰੀ ਬਾਬਿਆਂ ਦਾ ਅਕਾਲੀ ਦਲ ਅਕਾਲੀ ਲਹਿਰ ਚੱਲੀ ਜਿਹੜੀ ਇਹਨਾਂ ਲਹਿਰਾਂ ਦਾ ਵਡਮੁੱਲਾ ਯੋਗਦਾਨ ਗਦਰੀ ਬਾਬੇ ਸੁੱਖ ਦੀ ਜੂਨ ਹੰਡਾ ਸਕਦੇ ਸੀ ਗਦਰੀ ਬਾਬੇ ਸੁੱਖ ਦੀ ਜੂਨ ਹੰਡਾ ਸਕਦੇ ਸੀ ਵਿੱਚ ਅਮਰੀਕਾ ਡਾਲਰ ਬੜੇ ਕਮਾ ਸਕਦੇ ਸੀ ਉਹ ਵਿੱਚ ਅਮਰੀਕਾ ਡਾਲਰ ਬੜੇ ਕਮਾ ਸਕਦੇ ਸੀ ਸੱਚੇ ਆਸ਼ਕ ਮਿੰਤੀ ਮਿੰਤੀ ਵਿੱਚ ਕਦ ਪੈਂਦੇ ਮਰ ਜਾਂਦੇ ਜੋ ਦੇਸ਼ ਲਈ ਉਹ ਜਿਉਂਦੇ ਰਹਿੰਦੇ ਮਰ ਜਾਂਦੇ ਜੋ ਦੇਸ਼ ਲਈ ਉਹ ਜਿਉਂਦੇ ਰਹਿੰਦੇ ਮਰ ਜਾਂਦੇ ਜੋ ਦੇਸ਼ ਲਈ ਉਹ ਜਿਉਂਦੇ ਅਕਸਰ ਆਪਾਂ ਪੜ੍ਹਦੇ ਹਾਂ ਸੁਣਦੇ ਹਾਂ ਕੁਝ ਜਿਹੜੇ ਇਨਸਾਨ ਵੱਖਰੇ ਕੰਮ ਕਰਦੇ ਆ ਸਮਾਜ ਨਾਲੋਂ ਇੱਕ ਅਸੀਂ ਰੂਟੀਨ 'ਚ ਹਾਂ ਰੋਟੀ ਪਾਣੀ ਛਕ ਲਿਆ ਸੌਂ ਗਿਆ ਕੰਮ ਕਰ ਲਿਆ ਫਿਰ ਸੌਂ ਗਿਆ ਆਖਿਰ ਇੱਕ ਦਿਨ ਦੁਨੀਆਂ ਤੋਂ ਚਲੇ ਗਏ ਅਸੀਂ ਨੋਰਮਲ ਲੋਕ ਹਾਂ ਪਰ ਜਿਹੜੇ ਵੱਡਾ ਕੰਮ ਕਰਕੇ ਜਾਂਦੇ ਆ ਇਤਿਹਾਸ ਗਵਾਇਆ ਪੂਰੀ ਦੁਨੀਆਂ ਦੇ ਸਾਰੇ ਮੁਲਕਾਂ ਦੇ ਇਤਿਹਾਸ ਵਿੱਚ ਖਾਸ ਤੌਰ 'ਤੇ ਸ਼ਹਾਦਤ ਵਾਲੇ ਪਾਸੇ ਜਾਂ ਵੱਡਾ ਕੰਮ ਪੋਲੀਟੀਕਲੀ ਲੈਵਲ 'ਤੇ ਜਾਂ
ਸਮਾਜਿਕ ਲੈਵਲ ਤੇ, ਧਾਰਮਿਕ ਲੈਵਲ ਤੇ ਜਿਹੜੇ ਬਹੁਤ ਵੱਡੇ ਪੂਰਨੇ ਪਾਉਂਦੇ ਆ, ਉਹ ਖੁਦਾ ਨਾ ਖਾਸਤਾ ਜੇ ਕਿਤੇ ਜੋਬਨ ਰੁੱਤੇ ਚਲੇ ਜਾਂਦੇ ਆ, ਪਰ ਜਵਾਨੀ ਚਲੇ ਜਾਂਦੇ ਆ, ਉਹਨਾਂ ਦੀ ਜਿਹੜੀ ਇਮੇਜ ਹੈ, ਉਹਨਾਂ ਦੀ ਤਸਵੀਰ ਹੈ, ਆਉਣ ਵਾਲੀਆਂ ਸਦੀਆਂ ਤੱਕ ਉੱਥੇ ਹੀ ਰਹਿੰਦੀ। ਛੋਟੇ ਸਾਹਿਬਜ਼ਾਦੇ 7 ਤੇ 9 ਸਾਲ ਦੇ, ਸਰਦਾਰ ਭਗਤ ਸਿੰਘ 30 ਸਾਲ ਦੇ, ਗੁਰੂ ਗੋਬਿੰਦ ਸਿੰਘ ਮਹਾਰਾਜ 42 ਸਾਲ। ਇੱਕ ਕੋਸ਼ਿਸ਼ ਕੀਤੀ ਹੈ ਜ਼ਿਕਰ ਕਰਨ ਦੀ, ਧਿਆਨ ਦੇਣਾ। ਰਾਜਗੁਰੂ ਸੁਖਦੇਵ ਸਰਾਪੇ ਦਾ ਕੀ ਕਹਿਣਾ, ਰਾਜਗੁਰੂ ਸੁਖਦੇਵ ਸਰਾਪੇ ਦਾ ਕੀ ਕਹਿਣਾ, ਭਗਤ ਸਿੰਘ ਨੇ ਸਦਾ ਹੀ 23 ਸਾਲ ਦਾ ਰਹਿਣਾ, ਭਗਤ ਸਿੰਘ ਨੇ ਸਦਾ ਹੀ 23 ਸਾਲ ਦਾ ਰਹਿਣਾ। ਲੋਕੀ ਨਾਮ ਸ਼ਹੀਦਾਂ ਦਾ, ਲੋਕੀ ਨਾਮ ਸ਼ਹੀਦਾਂ ਦਾ ਸੁੱਚੇ ਮੂੰਹ ਲੈਂਦੇ, ਆਪਣੀ ਜਾਨ ਉੱਤੇ ਦੁੱਖ ਚਰਨਾ ਔਖਾ, ਉਹਦੇ ਵੀ ਆਪਣੀ ਜਾਨ ਉੱਤੇ ਦੁੱਖ ਚਰਨਾ ਔਖਾ, ਕਹਿਣਾ ਸੌਖਾ ਕਿਸੇ ਦੀ ਖਾਤਿਰ ਮਰਨਾ ਔਖਾ, ਬਈ ਕਹਿਣਾ ਸੌਖਾ ਕਿਸੇ ਦੀ ਖਾਤਿਰ ਮਰਨਾ ਔਖਾ। ਕੈਸੇ ਦੂਲੇ, ਕੈਸੇ ਦੂਲੇ, ਕੈਸੇ ਦੂਲੇ ਮੌਤ ਨਾਲ ਜੋ ਲਾਵਾਂ ਲੈਂਦੇ, ਮਰ ਜਾਂਦੇ ਜੋ ਦੇਸ਼ ਲਈ ਉਹ ਜਿਉਂਦੇ ਰਹਿੰਦੇ, ਮਰ ਜਾਂਦੇ ਜੋ ਦੇਸ਼ ਲਈ ਉਹ ਜਿਉਂਦੇ ਰਹਿੰਦੇ, ਮਰ ਜਾਂਦੇ ਜੋ ਦੇਸ਼ ਲਈ ਉਹ ਜਿਉਂਦੇ ਰਹਿੰਦੇ। ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਸਾਰਾ ਆਸ਼ੀਰਵਾਦ ਦੋਸਤਾਂ ਵੱਲੋਂ। ਸਿਆਣੇ ਲੋਕਾਂ ਤੋਂ ਸੁਣਨ ਨੂੰ ਗੱਲ ਮਿਲਦੀ, ਅਸੀਂ ਕਹਿੰਦੇ ਕਿਤੇ ਵੀ ਜਾਂਦੇ ਹਾਂ, ਸਾਡੀਆਂ ਮੰਗਾਂ ਨਹੀਂ ਖਤਮ ਹੁੰਦੀਆਂ। ਕਿਸੇ ਗੁਰੂ ਦਰਬਾਰ ਜਾਂਦੇ ਹਾਂ, ਕਿਤੇ ਪੀਰਾਂ ਫਕੀਰਾਂ ਦੇ ਜਾਂਦੇ ਹਾਂ, ਮੰਗੀ ਜਾਂਦੇ, ਮੰਗੀ ਜਾਂਦੇ, ਮੰਗੀ ਜਾਂਦੇ ਹਾਂ। ਮਸਕੀਨ ਸਾਹਿਬ ਕਥਾ 'ਚ ਇੱਕ ਗੱਲ ਅਕਸਰ ਕਹਿੰਦੇ ਹੁੰਦੇ, ਕਹਿੰਦੇ ਭਲਿਆ ਪੁਰਖਾ ਜੋ ਉਹਨੇ ਦਿੱਤਾ ਕਦੇ ਉਹਦਾ ਸ਼ੁਕਰਾਨਾ ਕੀਤਾ, ਅਤੇ ਨਹੀਂ ਦਾਤਾ ਤੈਂ ਮੇਰੀ ਔਕਾਤ ਤੋਂ ਜ਼ਿਆਦਾ ਦਿੱਤਾ। ਮੈਂ ਇੰਨੇ ਜੋਗਾ ਨਹੀਂ ਸੀ, ਮੈਂ ਇੰਨੇ ਦਾ ਪਾਤਰ ਨਹੀਂ ਸੀ ਜੋ ਮਾਲਕਾ ਤੂੰ ਮੈਨੂੰ ਦਿੱਤਾ। ਸਭ ਨੂੰ ਅਰਦਾਸ ਕਹਿੰਦੇ ਇਹ ਕਰਨੀ ਚਾਹੀਦੀ ਹੈ। ਸੁਣੀ ਦੀਆਂ ਗੱਲਾਂ, ਪਰ ਮੈਂ ਵੀ ਉਹਨਾਂ 'ਚੋਂ ਹੀ ਹਾਂ ਜਿਹੜੇ ਰੋਜ਼ ਗਲਤੀ ਕਰਦੇ, ਰੋਜ਼ ਭੁੱਲਦੇ ਹਾਂ, ਫਿਰ ਮਾਫ਼ੀ ਮੰਗਦੇ ਹਾਂ, ਫਿਰ ਭੁੱਲ ਜਾਂਦੇ ਹਾਂ। ਦੁਨਿਆਵੀ ਲੋਕ ਹਾਂ ਅਸੀਂ, ਗ੍ਰਸਤੀ ਲੋਕ ਹਾਂ, ਪਰਿਵਾਰਾਂ ਵਾਲੇ ਹਾਂ, ਸਾਡੀਆਂ ਬੜੀਆਂ ਲੋੜਾਂ ਅਤੇ, ਪਰ ਕਦੇ ਕਦੇ ਜ਼ਿਹਨ 'ਚ ਜਦੋਂ ਆਉਂਦਾ ਯਾਰ ਇੱਦਾਂ ਦੀ ਗੱਲ ਕਦੇ ਕਰਨੀ ਚਾਹੀਦੀ, ਜਾਂ ਸਾਨੂੰ ਮਾਲਕ ਨੇ ਰੋਟੀ ਪਾਣੀ ਲਾਇਆ, ਸਾਨੂੰ ਉਹਦੀ ਕਿਰਪਾ ਨਾਲ, ਤੁਹਾਡੇ ਆਸ਼ੀਰਵਾਦ ਨਾਲ, ਸੰਗਤ ਦੇ ਸਰੋਤਿਆਂ ਦੇ ਸੁਣਨ ਨਾਲ ਚਲੋ ਸਾਡਾ ਰੁਜ਼ਗਾਰ ਚੱਲੀ ਜਾਂਦਾ, ਅਤੇ ਫਿਰ ਕਈ ਵਾਰ ਆਪਣੇ ਆਪ ਨੂੰ ਸਵਾਲ ਖੜਾ ਕਰੀਦਾ, ਫਿਰ ਤੈਂ ਭਲਿਆ। ਲੋਕਾਂ ਨੂੰ ਬਥੇਰੀਆਂ ਸਿਆਣੀਆਂ ਗੱਲਾਂ ਕਰਦਾ, ਦੋਸਤਾਂ 'ਚ ਬਹਿ ਕੇ ਬੜੀਆਂ ਮੱਤਾਂ ਦਿੰਦਾ, ਆਪ ਕਦੇ ਅਮਲ ਕੀਤਾ?
ਕਦੇ ਉਹਦਾ ਸ਼ੁਕਰਾਨਾ ਕੀਤਾ ਕਿ ਮਾਲਕਾ ਜੋਤ ਦਿੱਤਾ ਬਹੁਤ ਜ਼ਿਆਦਾ, ਇਹ ਮੇਰੇ ਪਾਤਰਤਾ ਤੋਂ ਜ਼ਿਆਦਾ, ਮੇਰੀ ਹੈਸੀਅਤ ਮੇਰੀ ਔਕਾਤ ਤੋਂ ਜ਼ਿਆਦਾ, ਸੋ ਸ਼ੁਕਰਾਨਾ ਕਰਨਾ ਜ਼ਰੂਰੀ ਬਣਦਾ। ਮੈਂ ਚੰਦ ਅਸ਼ਿਆਰ ਕਹਿ ਕੇ ਇੱਕ ਬਿਲਕੁਲ ਨਵਾਂ ਨਗਮਾ ਸਾਡੇ ਤੋਂ ਪਹਿਲਾਂ ਕਵੀਸ਼ਰੀ ਜਥੇ ਅਤੇ ਢਾਡੀ ਰੰਗ ਬਣ ਕੇ ਗਏ, ਗੁਰ ਇਤਿਹਾਸ ਸੁਣਾ ਕੇ ਗਏ। ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਉਹਨਾਂ ਦਾ ਇਹ ਫੁੱਲ ਟਾਈਮ, ਉਹ ਹਮੇਸ਼ਾ ਹੀ ਇਹ ਧਾਰਮਿਕ ਸਟੇਜਾਂ ਹੈਂਡਲ ਕਰਦੇ ਆ। ਅਸੀਂ ਬਹੁਤ ਕਿਤੇ, ਮੈਨੂੰ ਲੱਗਦਾ ਹੁਣ ਅਸੀਂ ਸ਼ਾਇਦ 2-2.5 ਸਾਲ ਬਾਅਦ ਜਿਹੜੇ ਮਹਾਰਾਜ ਦੀ ਹਜ਼ੂਰੀ 'ਚ ਅਸੀਂ ਪਰਫੋਰਮ ਕਰਨ ਲੱਗੇ, ਸ਼ਾਇਦ ਮੈਨੂੰ ਯਾਦ ਹੈ ਗੁਣਾਚੌਰ ਰਾਜਾ ਸਾਹਿਬ ਜੀ ਦੇ ਦਰਬਾਰ 'ਚ ਇਸ ਤਰ੍ਹਾਂ ਪ੍ਰੋਗਰਾਮ ਪੇਸ਼ ਕੀਤਾ ਸੀ। ਅਤੇ ਸਾਨੂੰ ਥੋੜ੍ਹੀ ਝਿਜਕ ਵੀ ਰਹਿੰਦੀ ਹੈ ਕਿਉਂਕਿ ਸਾਡੇ ਅਸੀਂ ਯੂਜ਼ ਟੂ ਨਹੀਂ ਹੁੰਦੇ ਗੱਲਾਂ ਕਰਨ ਲਈ, ਮਰਿਆਦਾ ਬਹੁਤ ਵੱਡੀ ਹੈ ਮਾਲਕਾਂ ਦੀ, ਅਤੇ ਅਸੀਂ ਫਿਰ ਮਾਫ਼ੀ ਮੰਗਦੇ ਹਾਂ। ਪਰ ਜਿਹੜੇ ਰਾਗੀ ਢਾਡੀ ਜਿਹੜੇ ਅਕਸਰ ਜਾਂਦੇ ਉਹਨਾਂ ਦਾ ਝਿਜਕ ਖੁੱਲ੍ਹੀ ਹੁੰਦੀ ਆ, ਉਹ ਕਈ ਵਾਰੀ ਹਾਸੇ ਮਜ਼ਾਕ ਦੀਆਂ ਗੱਲਾਂ ਵੀ ਕਰ ਜਾਂਦੇ, ਮਰਿਆਦਾ 'ਚ ਰਹਿ ਕੇ ਉਹ ਬੜੀਆਂ ਚੰਗੀਆਂ ਲੱਗਦੀਆਂ। ਮੈਂ ਉਹੀ ਗੱਲ ਦੁਬਾਰਾ ਕਰਦਾ ਕਿ ਉਹਦਾ ਸ਼ੁਕਰਾਨਾ ਕਰਨਾ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ। ਜਦੋਂ ਤੇਰੇ ਨਾਲ ਲਾਈ, ਜਦੋਂ ਤੇਰੇ ਨਾਲ ਲਾਈ, ਕਾਤੋਂ ਹੋਰ ਦਰ ਜਾਵਾਂ, ਜੇ ਮੈਂ ਕਰਾਂ ਨਾ ਗੁਨਾਹ, ਕਿਹਨੂੰ ਦੇਵੇਂ ਤੂੰ ਸਜ਼ਾਵਾਂ। ਜਦੋਂ ਤੇਰੇ ਨਾਲ ਲਾਈ, ਜਦੋਂ ਤੇਰੇ ਨਾਲ ਲਾਈ, ਜਦੋਂ ਇਸ ਗੱਲ ਦੀ ਤਮੀਜ਼ ਤੇ ਤੌਫੀਕ ਰੱਬ ਦੇਵੇ। ਇੱਕ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਸੰਗਤ ਨੂੰ, ਕਹਿਣਾ ਗੁੱਸਾ ਨਾ ਕਰਿਓ, ਤੁਸੀਂ ਆਪਣੇ ਕੰਮ ਲਈ ਆਉਂਦੇ ਹੋ ਇੱਥੇ, ਸਾਡੇ ਕੰਮ ਲਈ ਨਹੀਂ ਆਉਂਦੇ। ਅਸੀਂ ਉਦੋਂ ਮੰਨਾਂਗੇ ਜੇ ਸਾਡਾ ਹਾਲ ਪੁੱਛਣਾ ਆਉਂਗੇ, ਤੁਹਾਨੂੰ ਕੰਮ ਕੋਈ ਨਾ ਹੋਵੇ ਫਿਰ ਸਲਾਮ ਕਰਨਾ ਉਹ ਫਿਰ ਮੰਨਾਂਗੇ, ਪਰ ਆਪਾਂ ਤਾਂ ਫਿਰ ਲੋੜ ਨਾਲ ਵੱਜੇ ਹਨ। ਉਹ ਇਹ ਖਿਆਲ ਲਿਖਿਆ ਸੀ, ਇਸ ਗੱਲ ਦੀ ਤਮੀਜ਼ ਤੇ ਤੌਫੀਕ ਰੱਬ ਦੇਵੇ, ਇਸ ਗੱਲ ਦੀ ਤਮੀਜ਼ ਤੇ ਤੌਫੀਕ ਰੱਬ ਦੇਵੇ, ਹੋ ਕਦੇ ਕੰਮ ਤੋਂ ਬਗੈਰ ਵੀ ਮਿਲਣ ਤੈਨੂੰ ਆਵਾਂ। ਜਦੋਂ ਤੇਰੇ ਨਾਲ ਲਾਈ, ਜਦੋਂ ਮੇਰੇ ਮੱਥੇ ਨੂੰ ਨਸੀਬ ਹੁੰਦੇ ਰਹਿਣ ਤੇਰੇ ਪੈਰ, ਮੇਰੇ ਮੱਥੇ ਨੂੰ ਨਸੀਬ ਹੁੰਦੇ ਰਹਿਣ ਤੇਰੇ ਪੈਰ, ਹੋ ਮੇਰੇ ਪੈਰੀ ਲੱਗ ਜਾਣ ਤੇਰੇ ਪਿੰਡ ਦੀਆਂ ਰਾਵਾਂ। ਜਦੋਂ ਤੇਰੇ ਨਾਲ ਲਾਈ, ਜਦੋਂ ਤੂੰ ਯੋ ਦਿੱਤੀ ਮਸ਼ਹੂਰੀ ਤੂੰ ਔਕਾਤ ਵਿੱਚ ਰੱਖੀ, ਤੂੰ ਯੋ ਦਿੱਤੀ ਮਸ਼ਹੂਰੀ ਤੂੰ ਔਕਾਤ ਵਿੱਚ ਰੱਖੀ, ਹੋਏ ਇੰਨਾ ਉੱਚਾ ਨਾਲ ਜਾਵੀ ਕੇ ਜ਼ਮੀਨ ਭੁੱਲ ਜਾਵਾਂ। ਜਦੋਂ ਤੇਰੇ ਨਾਲ ਲਾਈ, ਜਦੋਂ ਹੋ ਨਾਮ ਸ਼ਾਇਰਾਂ ਚ ਆਵੇ ਕਿੱਥੇ ਬੇਬੀ ਦੀ ਔਕਾਤ, ਨਾਮ ਸ਼ਾਇਰਾਂ ਚ ਆਵੇ ਕਿੱਥੇ ਬੇਬੀ ਦੀ ਔਕਾਤ, ਹੋ ਗੱਲਾਂ ਤੇਰੀਆਂ ਚੋਂ ਗੱਲ ਲੈ ਕੇ ਸ਼ੇਰ ਵਾਖੀ ਜਾਵਾਂ। ਜਦੋਂ
ਤੇਰੇ ਨਾਲ ਲਈ ਜਦੋਂ ਤੇਰੇ ਨਾਲ ਲਈ ਜਦੋਂ ਤੇਰੇ ਨਾਲ ਲਈ ਪਿਆਰ ਮਿਲੀ ਜਾਵੇ ਮਸਾਂ ਸਾਂਭਿਆ ਹੈ ਜਾਂਦਾ ਜਿੰਨਾ ਪਿਆਰ ਮਿਲੀ ਜਾਵੇ ਓਨੇ ਜੋਗਾ ਨੀ ਮੈਂ ਜਿੰਨਾ ਸਤਿਕਾਰ ਮਿਲੀ ਜਾਵੇ ਓਨੇ ਜੋਗਾ ਨੀ ਮੈਂ ਜਿੰਨਾ ਸਤਿਕਾਰ ਮਿਲੀ ਜਾਵੇ ਕੋਲ ਬਹਿ ਕੇ ਤਕਦੀਰ ਰੱਬ ਘੜੀ ਹੋਈ ਏ ਕੋਲ ਬਹਿ ਕੇ ਤਕਦੀਰ ਰੱਬ ਘੜੀ ਹੋਈ ਏ ਤੇਰੀ ਕਿਰਪਾ ਦੇ ਨਾਲ ਬੁਲਾਵਾ ਮੈਨੂੰ ਤੇਰੇ ਘਰੋਂ ਆਵੇ ਜਦੋਂ ਤੱਕ ਨਾ ਬੁਲਾਵਾ ਮੈਨੂੰ ਤੇਰੇ ਘਰੋਂ ਆਵੇ ਮੇਰੀ ਕਲਮ ਆਵਾਜ਼ ਉਦੋਂ ਤੱਕ ਚੱਲੀ ਜਾਵੇ ਮੇਰੀ ਕਲਮ ਆਵਾਜ਼ ਉਦੋਂ ਤੱਕ ਚੱਲੀ ਜਾਵੇ ਬੇਬੀ ਹੱਥਾਂ ਵਿੱਚ ਅਰਜ਼ੀ ਏ ਫੜੀ ਹੋਈ ਏ ਬੇਬੀ ਹੱਥਾਂ ਵਿੱਚ
ਅਰਜ਼ੀਏ ਬੜੀ ਹੋਈ ਏ ਤੇਰੀ ਕਿਰਪਾ ਦੇ ਨਾਲ ਗੁੱਡੀ ਖੜੀ 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 ਹੋਈ ਏ ਆਓ ਇੱਕ ਰਚਨਾ ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਸ਼ਹਾਦਤ ਨਾਲ ਸੰਬੰਧਿਤ ਇੱਕ ਰਚਨਾ ਪੇਸ਼ ਕਰਨੀ ਚਾਹਾਂਗੇ ਸ਼ਹੀਦਾਂ ਦੇ ਸਰਤਾਜ ਜਿਨ੍ਹਾਂ ਨੂੰ ਕਿਹਾ ਗਿਆ ਇੱਕ ਕਿਸੇ ਸਿਆਣੇ ਵਿਦਵਾਨ ਦੇ ਮੂੰਹੋਂ ਗੱਲ ਸੁਣੀ ਸੀ ਕਹਿੰਦੇ ਵੈਸੇ ਤਾਂ ਗੁਰੂ ਸਾਹਿਬ ਨੇ ਜਿੰਨੇ ਉਪਕਾਰ ਕੀਤੇ ਉਹ ਕਿਸੇ ਗਿਣਤੀ 'ਚ ਆ ਹੀ ਨਹੀਂ ਸਕਦੇ ਆਪਾਂ ਲਿਖ ਕੇ ਨਹੀਂ ਬਿਆਨ ਕਰ ਸਕਦੇ ਪੰਚਮ ਪਾਤਸ਼ਾਹ ਦਾ ਕਹਿੰਦੇ ਇੱਕ ਸਭ ਤੋਂ ਵੱਡਾ ਪਰਉਪਕਾਰ ਆ ਸਿੱਖ ਕੌਮ 'ਤੇ ਨਹੀਂ ਪੂਰੀ ਸ੍ਰਿਸ਼ਟੀ 'ਤੇ ਪੂਰੀ ਕਾਇਨਾਤ 'ਤੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਜਿੱਥੋਂ ਜਿੱਥੋਂ ਕਿੱਥੋਂ ਕਿੱਥੋਂ ਕਿੰਨੇ ਪੁਰਾਣੇ ਬਾਣੀਕਾਰ ਉਹ ਅਜ਼ੀਮ ਕਵੀ ਉਹ ਕਲਮਕਾਰ ਜਿਨ੍ਹਾਂ ਨੇ ਮਾਲਕ ਨੂੰ ਕੋਲ ਮਹਿਸੂਸ ਕਰਕੇ ਜੋ ਮਹਿਸੂਸ ਕੀਤਾ ਉਹ ਲਿਖਿਆ ਉਸ ਬਾਣੀ ਨੂੰ ਦਰਜ ਕੀਤਾ ਇਹ ਸਭ ਤੋਂ ਇੱਕ ਵੱਡਾ ਪਰਉਪਕਾਰ ਗੁਰੂ ਮਹਾਰਾਜ ਦਾ ਸਾਡੇ 'ਤੇ ਸਾਡਾ ਖੂਨ ਪੀ ਕੇ ਗੁਜ਼ਰੇ ਜੋ ਉਹ ਪੈਰ ਨਹੀਂ ਭੁੱਲੇ ਸਦਾ ਤਕਲੀਫ ਜਿਨ ਦਿੱਤੀ ਉਹ ਤੇਰਾ ਸ਼ਹਿਰ ਨਹੀਂ ਭੁੱਲੇ ਅਬਦਾਲੀ ਮੀਰ ਮੈਨੂੰ ਡੈਰ ਤੇ ਉਡਵੈਰ ਨਹੀਂ ਭੁੱਲੇ ਉਡਵੈਰ ਨਹੀਂ ਭੁੱਲੇ ਸਾਨੂੰ ਕਦੇ ਵੀ ਗਲਾਂ ਚ ਬਲਦੇ ਟੈਰ ਨਹੀਂ ਭੁੱਲੇ ਹੋਏ ਨਹੀਂ ਭੁੱਲੇ ਪਿਆਨੋ ਕੌਰ ਦੋ ਵੇਲੇ ਅਸੀਂ ਅਰਦਾਸ ਵਿੱਚ ਦੋ ਵੇਲੇ ਅਸੀਂ ਅਰਦਾਸ ਵਿੱਚ ਸਭ ਦਾ ਭਲਾ ਮੰਗੀਏ ਚੇਤੇ ਦੋਸਤੀ ਰੱਖੀਏ ਕਦੇ ਵੀ ਵੈਰ ਨਹੀਂ ਭੁੱਲੇ ਹੋਏ ਨਹੀਂ ਭੁੱਲੇ ਨਹੀਂ ਸਾਡੇ ਮੁਰਸ਼ਦ ਦਾ ਪਰਿਵਾਰ ਸਾਡੇ ਮੁਰਸ਼ਦ ਦਾ ਪਰਿਵਾਰ ਖੇਰੂ ਖੇਰੂ ਜਿਨ ਕੀਤਾ ਸਾਡੇ ਮੁਰਸ਼ਦ ਦਾ ਪਰਿਵਾਰ ਖੇਰੂ ਖੇਰੂ ਜਿਨ ਕੀਤਾ ਅਜੇ ਤੱਕ ਰੜਕਦੀ ਸਰਸਾ ਦੀ ਅਥਰੀ ਲਹਿਰ ਨਹੀਂ ਭੁੱਲੇ ਹੋਏ ਨਹੀਂ ਭੁੱਲੇ ਅਸੀਂ ਨਹੀਂ ਸਿਆਹੀ ਸਿਆਹੀ ਕਲਮ ਲੈ ਕੇ ਆਵੀ ਸਿਆਹੀ ਕਲਮ ਲੈ ਕੇ ਆਵੀ ਲਿਖ ਲਿਖ ਪੋਥੀਆਂ ਭਰ ਲਈ ਆ ਸ਼ੇਰ ਧਿਆਨ ਨਾਲ ਸੁਣਿਆ ਸਿਆਹੀ ਕਲਮ ਲੈ ਕੇ ਆਵੀ ਲਿਖ ਲਿਖ ਪੋਥੀਆਂ ਭਰ ਲਈ
ਅਸੀਂ ਆਪਣੇ ਤੇ ਹੁਣ ਤਈ ਜਿੰਨੇ ਹੋਏ ਕਹਿਰ ਨਹੀਂ ਫੁੱਲੇ ਹੋਏ। 47 ਦਾ ਸਮਾਂ ਜਿਹਨਾਂ ਨੇ ਦੇਖਿਆ ਉਹ ਪੀੜ੍ਹੀ ਹੁਣ ਮੇਰੇ ਖਿਆਲ ਅਲੋਪ ਹੁੰਦੀ ਜਾ ਰਹੀ ਹੈ। ਟਾਵੇਂ ਟਾਵੇਂ ਬਜ਼ੁਰਗ ਬੈਠੇ ਆ ਜਿਹਨਾਂ ਨੇ ਉਹ ਸਮਾਂ ਵੰਡ ਦਾ ਪੰਜਾਬ ਦੀ ਵੰਡ ਵੇਖੀ ਸੀ, ਉੱਧਰੋਂ ਉੱਜੜ ਕੇ ਆਏ ਸੀ, ਇੱਧਰੋਂ ਉੱਜੜ ਕੇ ਕਿੰਨੇ ਲੋਕੀ ਗਏ ਸੀ। ਸ਼ੇਰ 'ਚ ਧਿਆਨ ਦੇਣਾ, ਉਹ ਵਾਗੇ ਪਾਰ ਆ ਕੇ ਭਾਵੇਂ ਸਾਡੇ ਪੈਰ ਤਾਂ ਲੱਗ ਗਏ। ਹੌਲੀ ਹੌਲੀ ਬੰਦਾ ਕਾਮਯਾਬ ਹੋ ਜਾਂਦਾ। ਨਾਲੇ ਗੁਰੂ ਸਾਹਿਬ ਦੀ ਬਹੁਤ ਵੱਡੀ ਕਿਰਪਾ ਆ ਸਾਡੇ ਪੰਜਾਬੀਆਂ ਤੇ, ਸਿੱਖ ਕੌਮ ਤੇ। ਕਿਤੇ ਵੀ ਇਕੱਲੇ ਤੋਂ ਇਕੱਲੇ ਚਲੇ ਗਏ, ਉਜਾੜਾਂ 'ਚ ਚਲੇ ਗਏ, ਬੀਆਬਾਨਾਂ ਚਲੇ ਗਏ, ਬੰਜਰਾਂ ਚਲੇ ਗਏ, ਉਹ ਜ਼ਮੀਨਾਂ ਆਬਾਦ ਗੁਲਜ਼ਾਰ ਕਰ ਦਿੱਤੀਆਂ ਜਿਹੜੀਆਂ ਪੂਰਾ ਇੰਡੀਆ ਵਿੱਚ, ਯੂਪੀ ਦਾ ਇਲਾਕਾ, ਤਰਾਈ ਦਾ ਇਲਾਕਾ। ਅਤੇ ਬਜ਼ੁਰਗ ਹੱਸਦੇ ਹੁੰਦੇ ਕਿ ਭਾਈ ਅਸੀਂ ਆਖਰੀ ਸਤਿ ਸ਼੍ਰੀ ਅਕਾਲ ਬੁਲਾ ਕੇ ਆਏ ਸੀ ਘਰਦਿਆਂ ਨੂੰ ਜਦੋਂ ਗਏ ਸੀ ਅੱਜ ਤੋਂ 60-70 ਸਾਲ ਪਹਿਲਾਂ। ਅਤੇ ਉੱਥੇ ਗੁਲਜ਼ਾਰਾਂ ਕਰਤੀਆਂ, ਫਸਲਾਂ ਐਸੀਆਂ ਹੋਣ ਲਾ ਦਿੱਤੀਆਂ ਕਿ ਸਭ ਤੋਂ ਜਰਖੇਜ਼ ਜ਼ਮੀਨ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਬਾਜਪੁਰ ਏਰੀਆ, ਤਰਾਈ ਏਰੀਆ। ਅਸੀਂ ਪਿੱਛੇ ਜਾ ਰੁਦਰਪੁਰ ਇੱਕ ਹਾਜ਼ਰੀ ਲਾ ਕੇ ਆਏ ਉੱਥੇ ਇੱਕ ਵਿਆਹ ਦੇ ਪ੍ਰੋਗਰਾਮ 'ਤੇ। ਵਾਕਿਆ ਜ਼ਮੀਨਾਂ ਉਹ ਗੰਨਾ ਦੇਖ ਕੇ ਪਤਾ ਲੱਗਦਾ ਕਿ ਵਾਕਿਆ ਕਿੰਨੀ ਮਿਹਨਤ ਹੈ। ਵਾਗੇ ਪਾਰ ਆ ਕੇ ਭਾਵੇਂ ਸਾਡੇ ਪੈਰ ਤਾਂ ਲੱਗ ਗਏ, ਪਰ ਪੁਰਾਣੇ ਯਾਰ ਤੇ ਉਹ ਪਿੰਡ ਕਸਬੇ ਸ਼ਹਿਰ ਨਹੀਂ ਫੁੱਲੇ ਹੋਏ। ਨਹੀਂ 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 ਫੁੱਲੇ ਹੋ, ਅਸੀਂ ਸ਼ਾਇਰ ਹਾਂ ਜਾ ਕੇ ਨਹੀਂ, ਇਹ ਤਾਂ ਪਤਾ ਨਹੀਂ ਸਾਨੂੰ, ਪਰ ਖਿਆਲ ਕਮਜ਼ੋਰ ਨਹੀਂ ਲਿਖਿਆ, ਕਦੇ ਵੀ ਬੈਰ ਨਹੀਂ ਭੁੱਲੇ ਹੋਏ। ਨਹੀਂ ਭੁੱਲੇ ਨਹੀਂ, ਅਹਿਸਾਨ ਥੋੜਾ ਵੀ ਜਿਨ ਕੀਤਾ ਉਹਨੂੰ ਯਾਦ ਹੀ ਰੱਖਿਆ, ਉਹਨੂੰ ਯਾਦ ਹੀ ਰੱਖਿਆ। ਓਏ ਦੇਵੀ ਤੂੰ ਤਾਂ ਆਪਣਾ ਏ, ਅਸਾਨੂੰ ਗੈਰ ਨਹੀਂ ਭੁੱਲੇ ਹੋਏ। ਨਹੀਂ ਭੁੱਲੇ ਨਹੀਂ, ਭੁੱਲੇ ਨਹੀਂ, ਭੁੱਲੇ ਨਹੀਂ, ਨਹੀਂ ਭੁੱਲੇ। ਅੱਗ ਦਾ ਸੁਭਾਅ ਸਾੜਨੇ ਤੇ ਮਜਬੂਰ, ਸਾੜਨੇ ਨੂੰ ਹੁੰਦੇ ਪਰਵਾਨੇ ਮਸ਼ਹੂਰ। ਰੱਬ ਪਰਖਦਾ ਆਪਣੇ ਆਸ਼ਕਾਂ ਨੂੰ, ਆਸ਼ਿਕ ਵੀ ਹੱਸ ਕੇ ਦੁੱਖ ਜਰਦੇ। ਸਿੱਖੀ ਦੇ ਇਸ਼ਕ ਦਾ ਪਰਚਾ ਆਓ ਤਵੀ ਤੇ ਬੈਠੇ ਹੱਲ ਕਰਦੇ, ਸਿੱਖੀ ਦੇ ਇਸ਼ਕ ਦਾ ਪਰਚਾ ਆਓ ਤਵੀ ਤੇ ਬੈਠੇ ਹੱਲ ਕਰਦੇ।
ਦਾ ਔਖੇ ਮਜ਼ਮੂਨ ਦਾ ਪਰਚਾ ਏ ਆਪਣੇ ਲਹੂ ਦੀ ਸਿਆਹੀ ਏ ਆਪਣੇ ਹੀ ਤਨ ਦਾ ਵਰਕਾ ਏ ਕੋਈ ਜਣਾ ਖਣਾ ਨਹੀਂ ਦੇ ਸਕਦਾ ਔਖੇ ਮਜ਼ਮੂਨ ਦਾ ਪਰਚਾ ਏ ਆਪਣੇ ਲਹੂ ਦੀ ਸਿਆਹੀ ਏ ਆਪਣੇ ਹੀ ਤਨ ਦਾ ਵਰਕਾ ਏ ਪੜਦੇ ਹੋਏ ਹਰ ਖੁਸ਼ਹੀ ਪੜਦੇ ਹੋਏ ਹਰ ਸ਼ਹੀਦਾਂ ਦੇ ਸਭ ਰਹਿਣਗੇ ਹਸ਼ਰ ਤਾਈ ਪੜਦੇ ਸਿੱਖੀ ਦੇ ਇਸ਼ਕ ਦਾ ਪਰਚਾ ਓ ਸਭ ਤੇ ਬੈਠੇ ਹੱਲ ਕਰ ਸਿੱਖੀ ਦੇ ਇਸ਼ਕ ਦਾ ਪਰਚਾ ਓ ਤਵੀ ਤੇ ਬੈਠੇ ਹੱਲ ਕਰ ਦੇ ਜੋ ਪਿਆ ਗੁਰਾਂ ਦੀ ਦੇਹੀ ਤੇ ਉਹ ਇੱਕ ਇੱਕ ਛਾਲਾ ਆਂਦਾ ਏ ਅੱਜ ਮਾਲਾ ਤੋਂ ਤਲਵਾਰ ਤਾਈ ਇਹ ਰਸਤਾ ਬਣਦਾ ਜਾਂਦਾ ਏ ਜੋ ਪਿਆ ਗੁਰਾਂ ਦੀ ਦੇਹੀ ਤੇ ਉਹ ਇੱਕ ਇੱਕ ਛਾਲਾ ਆਂਦਾ ਏ ਅੱਜ ਮਾਲਾ ਤੋਂ ਤਲਵਾਰ ਤਾਈ ਇਹ ਰਸਤਾ ਬਣਦਾ ਜਾਂਦਾ ਏ ਉਸਰ ਦੇ ਉਸਰ ਦੇ ਪੰਥ ਕੁਰਬਾਨੀ ਤੇ ਅੱਜ ਸਤਿਗੁਰ ਪਹਿਲੀ ਇੱਟ ਧਰਦੇ ਸਿੱਖੀ ਦੇ ਇਸ਼ਕ ਦਾ ਪਰਚਾ ਆਓ ਤਵੀ ਤੇ ਬੈਠੇ ਹੱਲ ਕਰਦੇ ਸਿੱਖੀ ਦੇ ਇਸ਼ਕ ਦਾ ਪਰਚਾ ਆਓ ਤਵੀ ਤੇ ਬੈਠੇ ਹੱਲ ਕਰਦੇ ਸਾਰੇ ਪੜ੍ਹੇ ਲਿਖੇ ਸੱਜਣ ਬੈਠੇ ਹੋ ਅਕਸਰ ਇਤਿਹਾਸ ਪੜ੍ਹਨ ਨੂੰ ਮਿਲਦਾ ਜਹਾਂਗੀਰ ਨੇ ਜਿਹੜੀ ਆਪਣੀ ਸਵੈ ਜੀਵਨੀ ਲਿਖੀ ਸੀ ਆਟੋਬਾਇਓਗ੍ਰਾਫੀ ਤੁਜ਼ ਕੇ ਜਹਾਂਗੀਰੀ ਉਹਦੇ ਵਿੱਚ ਇੱਕ ਲਾਈਨ ਆਉਂਦੀ ਹੈ ਕਹਿੰਦੇ ਸਿੱਖਾਂ ਦੇ ਪਹਿਲੇ ਗੁਰੂ ਨੇ ਜਿਹੜੀ ਝੂਠ ਦੀ ਦੁਕਾਨ ਸ਼ੁਰੂ ਕੀਤੀ ਸੀ ਝੂਠ ਦੀ ਦੁਕਾਨ ਉਹ ਬੜੀ ਪ੍ਰਫੁੱਲਤ ਹੋ ਰਹੀ ਹੈ ਕਿ ਇਹਨੂੰ ਖਤਮ ਕਰਨਾ ਜ਼ਰੂਰੀ ਹੈ ਇਹਨੂੰ ਘਟਾਉਣਾ ਜ਼ਰੂਰੀ ਹੈ ਉਸ ਗੱਲ ਦਾ ਜ਼ਿਕਰ ਕੀਤਾ ਜਿਹੜਾ ਉਹਨਾਂ ਨੇ ਉਹ ਤਾਨਾ ਮਾਰਿਆ ਸੀ ਗੁਰੂ ਨਾਨਕ ਜੀ ਦੀ ਗੱਦੀ ਨੂੰ ਜਿਨ ਝੂਠ ਦੀ ਇੱਕ ਦੁਕਾਨ ਕਿਹਾ ਗੁਰੂ ਨਾਨਕ ਜੀ ਦੀ ਗੱਦੀ ਨੂੰ ਜਿਨ ਝੂਠ ਦੀ ਇੱਕ ਦੁਕਾਨ ਕਿਹਾ ਅੱਜ ਤੇ ਵੀ ਉਸ ਜਰਵਾਣੇ ਦਾ ਕਿਤੇ ਲੱਭਦਾ ਨਹੀਂ ਨਿਸ਼ਾਨ ਪਿਆ ਗੁਰੂ ਨਾਨਕ ਜੀ ਦੀ ਗੱਦੀ ਨੂੰ ਜਿਨ ਝੂਠ ਦੀ ਇੱਕ ਦੁਕਾਨ ਕਿਹਾ ਅੱਜ ਤੇ ਵੀ ਉਸ ਜਰਮਾਨੇ ਦਾ ਕਿਤੇ ਲੱਭਦਾ ਨਹੀਂ ਨਿਸ਼ਾਨ ਪਿਆ ਜ਼ਾਲਿਮ ਜਿਉਂਦੇ ਵੀ ਮਰਿਆ ਜੇ ਮਰਿਆ ਜੇ ਮਰਿਆ ਮਰਿਆ ਜੇ ਜ਼ਾਲਿਮ ਜਿਉਂਦੇ ਵੀ ਮਰਿਆ ਜੇ ਜਿਉਂਦੇ ਮਰ ਕੇ ਵੀ ਨਹੀਂ ਮਰਦੇ ਦੇ ਇਸ਼ਕ ਦਾ ਪਰਚਾ ਆ ਤਵੀ ਤੇ ਬੈਠੇ ਹੱਲ ਕਰਦੇ ਸਿੱਖੀ ਦੇ ਇਸ਼ਕ ਦਾ ਪਰਚਾ
ਪਰਚਾ ਹੋ ਤਵੀ ਤੇ ਬੈਠੇ ਹੱਲ ਕਰਦੇ ਹੋ ਤਵੀ ਤੇ ਬੈਠੇ ਹੱਲ ਕਰਦੇ ਹੋ ਤਵੀ ਤੇ ਬੈਠੇ ਹੱਲ ਕਰਦੇ ਹੱਲ ਕਰਦੇ ਇੱਕ ਰਚਨਾ ਕਰੀਬ ਅੱਜ ਤੋਂ 13-14 ਸਾਲ ਪਹਿਲਾਂ ਸਾਡੀ ਇੱਕ ਸੀ ਡੀ ਰਿਲੀਜ਼ ਹੋਈ ਸੀ ਸਿੱਖੀ ਨਾਲ ਇਸ਼ਕ ਉਹਦਾ ਟਾਈਟਲ ਸੀ ਉਹਦੇ ਵਿੱਚ ਇੱਕ ਰਚਨਾ ਸੀ ਉਹ ਜਿਵੇਂ ਬਚਪਨ 'ਚ ਅਸੀਂ ਸਮਾਂ ਦੇਖਿਆ ਜਿਹੜਾ ਅੱਜ ਤੱਕ ਵੀ ਆਪਾਂ ਦੇਖਦੇ ਹਾਂ ਸਿਆਲ ਨੂੰ ਜਦੋਂ ਸਰਦੀਆਂ ਦੇ ਦਿਨਾਂ 'ਚ ਗੁਰੂ ਮਹਾਰਾਜ ਦੇ ਦਸਵੇਂ ਪਾਤਸ਼ਾਹ ਦਾ ਪੁਰਬ ਆਉਂਦਾ ਖਾਸ ਤੌਰ 'ਤੇ ਉਦੋਂ ਪ੍ਰਭਾਤ ਫੇਰੀ ਆਪਾਂ ਪਿੰਡਾਂ 'ਚ ਕੱਢਦੇ ਹਾਂ ਉਹਦੇ ਵਿੱਚ ਕੋਈ ਪ੍ਰੋਫੈਸ਼ਨਲ ਕਲਾਕਾਰ ਨਹੀਂ ਹੁੰਦੇ ਸਾਰੇ ਪਿੰਡ ਦੀ ਨਗਰ ਸੰਗਤ ਹੁੰਦੇ ਬੀਬੀਆਂ ਬੱਚੇ ਹੁੰਦੇ ਆ ਨੌਜਵਾਨ ਹੁੰਦੇ ਆ ਉਹ ਗਲ 'ਚ ਢੋਲਕ ਪਾ ਕੇ ਚਿਮਟਾ ਫੜ ਕੇ ਸਿੱਧੀ ਧਾਰਨ ਨਾਲ ਸ਼ਬਦ ਪੜ੍ਹਦੇ ਆ ਜਿਹੜੇ ਕਿ ਸਾਡੇ ਸਾਰਿਆਂ ਦੇ ਕੰਨਾਂ 'ਚ ਸਾਡੇ ਜ਼ਿਹਨ 'ਚ ਸਾਡੇ ਖੂਨ ਵਿੱਚ ਘੁਲੇ ਹੋਏ ਆ ਬਚਪਨ ਤੋਂ ਅਸੀਂ ਸੁਣਿਆ ਉਸ ਅੰਦਾਜ਼ ਨੂੰ ਯਾਦ ਕਰਦਿਆਂ ਮੈਂ ਕੋਸ਼ਿਸ਼ ਕੀਤੀ ਸੀ ਵਾਹ ਵਾਹ ਬਾਬਿਆਂ ਦੀ ਕਿਰਪਾ ਹੋ ਗਈ ਮਹਾਰਾਜ ਵੀਰ ਨੇ ਦੱਸਿਆ ਫਗਵਾੜੇ ਤੋਂ ਆਇਆ ਕਿ ਬਹੁਤ ਸਾਲ ਪਹਿਲਾਂ ਸ਼ਾਇਦ 15-18-20 ਸਾਲ ਹੋ ਗਏ ਹੋਣੇ ਦੂਜੀਆਂ ਚਾਲਾਂ ਵਿੱਚ ਬਾਬਾ ਜੋਗੀ ਪੀਰ ਜੀ ਦੇ ਮੇਲੇ 'ਤੇ ਉੱਥੇ ਸਾਡੀ ਹਾਜ਼ਰੀ ਸੀ ਜਿਵੇਂ ਜ਼ਿਕਰ ਕੀਤਾ ਉੱਥੇ ਗੁਰਪ੍ਰੀਤ ਘੁੱਗੀ ਸਾਹਿਬ ਵੀ ਉਹ ਆਏ ਸੀਗੇ ਉਹਨਾਂ ਨੇ ਵੀ ਪਰਫੋਰਮ ਕੀਤਾ ਸੀ ਅਤੇ ਸ਼ੁਕਰੀਆ ਵੀਰ ਇਹ ਮਾਲਕ ਵਿਛੜਿਆਂ ਨੂੰ ਮਿਲਾ ਦਿੰਦੇ ਆ ਸੁਣ ਫਰਿਆਦ ਸੁਣ ਫਰਿਆਦ ਸੁਣ ਫਰਿਆਦ ਸੁਣ ਫਰਿਆਦ ਪੀਰਾਂ ਦਿਆ ਪੀਰਾਂ ਤੇ ਮੈਂ ਅਰਜ਼ ਕਰੇ ਸਾਂ ਤੈਨੂੰ ਤੈਂ ਜਿਹਾ ਮੈਨੂੰ ਹੋਰ ਨਾ ਕਾਈ ਤੇ ਮੈਂ ਜਈਆਂ ਲੱਖ ਤੈਨੂੰ ਹਾਏ ਫੋਲ ਨਾ ਦਫ਼ਤਰ ਬੰਦੀਆਂ ਵਾਲੇ ਤੇ ਪੀਰਾ ਦਰ ਤੋਂ ਤੱਕ ਨਾ ਮੈਂ ਜੇ ਮੈਂ ਵਿੱਚ ਐਡ ਗੁਨਾਹ ਨਾ ਹੁੰਦੇ ਜੇ ਮੈਂ ਵਿੱਚ ਐਡ ਗੁਨਾਹ ਨਾ ਹੁੰਦੇ ਤੇ ਫਿਰ ਤੂੰ ਬਖਸ਼ੇਂਦਾ ਕੈਨੂੰ ਚੱਲ ਕੇ ਸੰਗਤਾਂ ਆਈਆਂ ਗੁਰੂ ਜੀ ਤੇਰੇ ਦਰਸ਼ਨ
ਲੈਣ ਮੁਰਾਦਾ ਲੈ ਫਰਿਆਦਾ ਲੈਣ ਮੁਰਾਦਾ ਲੈ ਫਰਿਆਦਾ ਲੈਣ ਮੁਰਾਦਾ ਲੈ ਫਰਿਆਦਾ ਦਿਲ ਫੁੱਲ ਨਾਲ ਲਿਆਈਆਂ ਗੁਰੂ ਜੀ ਤੇਰੇ ਦਰਸ਼ਨ ਦਰਸ਼ਨ ਨੂੰ ਚੱਲ ਕੇ ਸੰਗਤਾਂ ਆਈਆਂ ਗੁਰੂ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਦਰਸ਼ਨ ਦੀਆਂ ਤਿਹਾਈਆਂ ਸੰਗਤਾਂ ਦਰਸ਼ਨ ਦੀਆਂ ਤਿਹਾਈਆਂ ਸੰਗਤਾਂ ਸ਼ਰਧਾ ਦੇ ਨਾਲ ਆਈਆਂ ਸੰਗਤਾਂ ਸ਼ਰਧਾ ਦੇ ਨਾਲ ਆਈਆਂ ਸੰਗਤਾਂ ਦਰਸ਼ਨ ਦੀਆਂ ਤਿਹਾਈਆਂ ਸੰਗਤਾਂ ਦਰਸ਼ਨ ਦੀਆਂ ਤਿਹਾਈਆਂ ਸੰਗਤਾਂ ਦਰਸ਼ਨ ਦੇ ਕੇ ਕਸ਼ਟ ਨਿਵਾ ਦਰਸ਼ਨ ਦੇ ਕੇ ਕਸ਼ਟ ਨਿਵਾਰੋ ਝੋਲੀਆਂ ਆਣ ਫੈਲਾਈਆਂ ਗੁਰੂ ਜੀ ਤੇਰੇ ਦਰਸ਼ਨ ਨੂੰ ਦਰਸ਼ਨ ਨੂੰ ਚੱਲ ਕੇ ਸੰਗਤਾਂ ਆਈਆਂ ਗੁਰੂ ਜੀ ਤੇਰੇ
ਧੰਨ ਦਾਤਾ ਧੰਨ ਤੇਰੀਆ ਦਾਤਾ 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 ਤੂੰ ਚਾਨਣ ਅਸੀਂ ਕਾਲੀਆਂ ਰਾਤਾਂ ਤੂੰ ਚਾਨਣ ਅਸੀਂ ਕਾਲੀਆਂ ਤੂੰ ਚਾਨਣ ਅਸੀਂ ਕਾਲੀਆਂ ਰਾਤਾਂ ਤੂੰ ਚਾਨਣ ਅਸੀਂ ਕਾਲੀਆਂ ਰਾਤਾਂ ਤੇਰੇ ਵਿੱਚ ਗੁਣ ਜਿੰਨੇ ਗੁਰੂ ਜੀ ਤੇਰੇ ਵਿੱਚ ਗੁਣ ਜਿੰਨੇ ਗੁਰੂ ਜੀ ਤੇਰੇ ਵਿੱਚ ਗੁਣ ਜਿੰਨੇ ਓਨੀਆਂ ਸਾਡੇ ਵਿੱਚ ਬੁਰਾਈਆਂ ਗੁਰੂ ਜੀ ਇਨਸਾਨਾਂ ਦੀ, ਮੈਂ ਵੀ ਉਹਨਾਂ 'ਚ ਸ਼ਾਮਿਲ ਹਾਂ। ਸਾਨੂੰ ਸਾਰਿਆਂ ਨੂੰ ਅਕਲ ਚੂੰਡੀਆਂ ਵੱਢਦੀ ਰਹਿੰਦੀ ਹੈ। ਅਸੀਂ ਕਹਿੰਦੇ ਮੈਂ ਹੀ ਸਿਆਣਾ, ਬਾਕੀ ਸਾਰੇ ਉਹੀ ਤੁਰੇ ਫਿਰਦੇ। ਚੰਗੇ ਭਲੇ ਸਿਆਣੇ ਨੂੰ ਮੇਰੇ ਵਰਗਾ ਮਤਾਂ ਦੇਣ ਲੱਗ ਜਾਂਦਾ ਜਿਹਨੂੰ ਕੁਛ ਵੀ ਨਹੀਂ ਆਉਂਦਾ ਹੁੰਦਾ। ਉਹੀ ਮਾਫੀ ਮੰਗੀ ਆ, ਆਪਣੀ ਮਤ ਦੇ ਸਾਡੀ ਮਤ ਨੇ, ਆਪਣੀ ਮਤ ਦੇ ਸਾਡੀ ਮਤ ਨੇ ਬਹੁਤ ਮੁਸੀਬਤਾਂ ਪਾਈਆਂ ਗੁਰੂ ਜੀ ਦੇ ਦਰਸ਼ਨ ਨੂੰ ਦਰਸ਼ਨ ਨੂੰ ਤੁਹਾਡੇ ਕੰਨਾਂ 'ਤੇ ਅਤਿਆਚਾਰ ਤਾਂ ਨਹੀਂ ਬਹੁਤਾ ਹੁੰਦਾ? ਠੀਕ ਹੈ ਜੀ, ਅਸੀਂ ਕਈ ਵਾਰ ਕਹਿੰਦੇ ਹੁੰਦੇ ਹਾਂ, ਪਿੱਛੇ 'ਚ ਸਾਡੇ ਆਪਣੇ ਮੁੰਡੇ ਦਾ ਵਿਆਹ ਸੀਗਾ, ਹੌਲ ਦੇ ਇਨਡੋਰ ਪਾਰਟੀ ਸੀਗੀ, ਛੋਟਾ ਹੌਲ ਸੀਗਾ, ਰਣਜੀਤ ਰਾਣਾ ਸੀ, ਸਾਰੇ ਵੀਰ ਹਾਜ਼ਰੀ ਦੇ ਰਹੇ ਸੀ, ਇਹ ਆਪਣੇ ਲਾੜੀ ਸਾਹਿਬਾਂ ਨਾਲ ਬੈਠਾ ਸੀ। ਜਦੋਂ ਮੈਂ ਸਟੇਜ 'ਤੇ ਗਿਆ ਅਤੇ ਉਹ ਇੰਨੇ ਸਾਰਾ ਕੁਛ ਉੱਚਾ ਵੱਜ ਰਿਹਾ ਸੀ, ਪਹਿਲਾਂ ਮੈਂ 5 ਮਿੰਟ ਮੂਹਰੇ ਬਹਿ ਕੇ ਸੁਣਿਆ ਇੱਕ ਹੋਰ ਆਰਟਿਸਟ ਗਾ ਰਿਹਾ, ਜਾਣੀ ਮੈਂ ਕਿਹਾ ਮੈਨੂੰ ਇੱਥੇ ਸਿੱਧਾ ਹੀ ਕੋਈ ਕੰਨਾਂ ਵਾਲੇ ਡਾਕਟਰ 'ਤੇ ਜਾਣਾ ਪੈਣਾ। ਜਦੋਂ ਮੈਂ ਸਟੇਜ 'ਤੇ ਗਿਆ, ਪਹਿਲਾਂ ਮੈਂ ਸਾਰਿਆਂ ਤੋਂ ਮਾਫੀ ਮੰਗੀ,
ਮੈਂ ਕਿਹਾ ਅਸੀਂ ਸਟੇਜ 'ਤੇ ਖੜ ਕੇ ਉਡਾਟ ਪਾਉਂਦੇ ਰਹਿੰਦੇ ਹਾਂ, ਅਸੀਂ ਕਦੇ ਨਹੀਂ ਸੋਚਿਆ ਸਾਹਮਣੇ ਵਾਲੇ ਨੂੰ ਕੀ ਮਹਿਸੂਸ ਹੁੰਦਾ, ਉਹਨਾਂ ਨੂੰ ਘੱਟ ਸੁਣਦਾ ਜਾਂ ਸੁਣਦਾ ਹੀ ਨਹੀਂ ਜਾਂ ਬਹੁਤ ਜ਼ਿਆਦਾ ਸੁਣਦਾ। ਪੰਜਾਬੀ ਕਲਾਕਾਰ ਤਾਂ ਬਹੁਤ ਜ਼ਿਆਦਾ ਸੁਣਾ ਦਿੰਦੇ। ਮੈਂ ਕਿਹਾ ਜਦੋਂ ਕਿਤੇ ਆਪਾਂ ਉੱਪਰ ਗਏ ਨਾ ਸਾਡੀ ਇਸ ਗੱਲੋਂ ਬਹੁਤ ਫੈਂਟੀ ਲੱਗਣੀ ਆ, ਫਿਰ ਤੁਸੀਂ ਮਾਮੇ ਉਹਦੇ ਬੰਦੇ ਬੋਲੇ ਕਰਕੇ ਭੇਜੇ। ਹਾਂਜੀ ਹਾਂਜੀ, ਅਤੇ ਸਾਨੂੰ ਇਹ ਹੁਣ ਕਰੀਏ ਕਿ ਜਦੋਂ ਅਸੀਂ ਉਹ ਸਮਾਂ ਤਾਂ ਨਹੀਂ ਦੇਖਿਆ, ਤੁਸੀਂ ਵੇਖਿਆ ਹੋਣਾ ਜਦੋਂ ਪਹਿਲੀਆਂ 'ਚ ਰਾਗੀ ਢਾਡੀ ਗਾਉਂਦੇ ਹੁੰਦੇ ਸੀ, ਜਦੋਂ ਮਾਈਕ ਨਹੀਂ ਸੀ ਸਿਸਟਮ ਆਏ ਸੀਗੇ, ਮੇਲਿਆਂ 'ਚ ਢਾਡੀ ਦਦਾਰ ਸਿੰਘ ਰਟੈਂਡੇ ਵਾਲਾ, ਉਹਨਾਂ ਦਾ ਜ਼ਿਕਰ ਸੁਣਿਆ, ਦਰਸ਼ਨ ਤਾਂ ਨਹੀਂ ਕੀਤੇ ਪਰ ਉਹਨਾਂ ਦਾ ਪਰਿਵਾਰ ਸਾਡੇ, ਉਹਨਾਂ ਦੇ ਜਿਹੜੇ ਦੋਹਤੇ ਆ ਉਹ ਸਾਡੇ ਮਿੱਤਰ ਨੇ, ਯੂਪੀ ਉਹਨਾਂ ਦੀ ਜ਼ਮੀਨ ਹੈ, ਇੱਕ ਕੈਨੇਡਾ ਰਹਿੰਦੇ ਭਾਈ ਸਾਹਿਬ, ਉਹ ਗੱਲਾਂ ਕਰਦੇ ਹੁੰਦੇ ਸੀ ਕਿ ਅਸੀਂ ਨਾਮ ਸੁਣਿਆ ਢਾਡੀ ਦਦਾਰ ਸਿੰਘ ਜੀ ਰਟੈਂਡੇ ਵਾਲੇ, ਉਹ ਮੇਲਿਆਂ 'ਚ ਕਹਿੰਦੇ ਇਸ ਤਰ੍ਹਾਂ ਗਾਉਂਦੇ ਹੁੰਦੇ ਸੀ ਕਿ ਖੜਾ ਬੰਨ ਲੈਣਾ, ਸਾਰੀ ਸੰਗਤ ਆਲੇ ਦੁਆਲੇ ਖੜੀ ਹੋਣੀ, ਵਿਚਾਲੇ ਸਾਰੰਗੀ, ਢੱਡ 'ਤੇ ਇੱਕ ਪ੍ਰਚਾਰਕ ਅਤੇ ਗਵਈਆ, ਅਤੇ ਉਹਨਾਂ ਨੇ ਘੁੰਮ ਘੁੰਮ ਕੇ ਮੇਲੇ 'ਚ ਗਾਉਣਾ, ਕੋਈ ਮਾਈਕ ਨਹੀਂ, ਕੋਈ ਸਾਊਂਡ ਨਹੀਂ, ਚੌਥੇ ਪਿੰਡ ਕਹਿੰਦੇ ਆਵਾਜ਼ ਸੁਣਦੀ ਹੁੰਦੀ ਸੀ, ਕਹਿੰਦਾ ਪੱਠੇ ਵੱਢ ਲਓ ਛੇਤੀ ਛੇਤੀ, ਦਦਾਰ ਸਿੰਘ ਲੱਗ ਗਿਆ ਵੀ ਰਟੈਂਡੇ ਵਾਲਾ, ਚਲੋ ਭੱਜ ਕੇ ਚੱਲੀਏ, ਵੇਖੀਏ ਸੁਣੀਏ। ਉਹ ਸਮਾਂ ਹੋਰ ਸੀ ਅਤੇ ਗਵਈਏ ਵੀ ਬੜੇ ਸ਼ੁੱਧ ਖੁਰਾਕਾਂ ਵਾਲੇ ਸੀਗੇ, ਹੈਂਜੀ, ਖਾਦਾਂ ਸਪਰੇਆਂ ਨਹੀਂ ਸੀ ਆਈਆਂ, ਪੋਲਿਊਸ਼ਨ ਠੀਕ ਸੀਗੇ ਉਦੋਂ, ਹਵਾ ਪਾਣੀ ਗੰਧਲੇ ਨਹੀਂ ਸੀ ਹੋਏ, ਜਿਹੜੇ ਕਿ ਅਸੀਂ ਆਪ ਹੀ ਕੀਤੇ ਆ, ਕਿਸੇ ਦਾ ਤਾਂ ਕਸੂਰ ਨਹੀਂ। ਅਤੇ ਪਰ ਜੋ ਸਾਊਂਡ ਲੈ ਕੇ ਜਾਂਦੇ, ਹੁਣ ਸਮੇਂ ਦੀ ਮਜਬੂਰੀ ਹੈ, ਸਾਊਂਡ ਤੋਂ ਬਿਨਾਂ ਗੁਜ਼ਾਰਾ ਨਹੀਂ ਹੁੰਦਾ ਕਿਤੇ ਵੀ ਆਪਾਂ ਕਰਦੇ ਹਾਂ, ਪਰ ਜਦੋਂ ਇਹ ਕਾਕੇ ਦਾ ਵਿਆਹ ਸੀ ਉਹ ਤੋਂ ਬਾਅਦ ਮੈਂ ਕਿਹਾ ਵੀ ਨਹੀਂ ਯਾਰ, ਇਹ ਤਾਂ ਹੁਣ ਉਹਨਾਂ ਦੀ ਭਲਵਾਨ ਸੀ, ਸਾਨੂੰ ਕੁਛ ਨਹੀਂ ਕਹਿੰਦੇ, ਸਾਨੂੰ ਗਲੋਂ ਫੜ ਕੇ ਥੱਲੇ ਨਹੀਂ ਲਾਹੁੰਦੇ ਵੀ ਭਾਈ ਤੇਰਾ ਵੈਰ ਆ ਸਾਡੇ ਕੰਨਾਂ ਨਾਲ, ਸਾਨੂੰ ਆਪਣੇ ਕੰਨਾਂ ਨੂੰ, ਕਿਉਂਕਿ ਕੰਮ ਕਰ ਰਿਹਾ ਮੈਥੋਂ ਉਹਨਾਂ, ਸਾਨੂੰ ਸੁਣਨਾ ਵੀ ਪੈਂਦਾ, ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਡਾ ਕੋਈ ਨਹੀਂ ਕੰਨ ਟੋਰਚਰ ਹੋ ਵੀ ਜਾਣ। ਮੈਂ ਬੜੇ ਸਾਲ ਪਹਿਲਾਂ ਜੀ ਕੰਨਾਂ ਵਾਲੇ ਡਾਕਟਰ ਕੋਲ ਆਪਣੇ ਕੰਨ ਚੈੱਕ ਕਰਾਏ ਸੀਗੇ, 12-15 ਸਾਲ ਪਹਿਲਾਂ, ਉਹ ਆਵਾਜ਼ ਟੂੰ ਟੂੰ ਜੀ ਕੰਨ 'ਚ ਲਾਉਂਦੇ ਆ, ਫਿਰ ਜਿੱਥੋਂ ਸੁਣਨ ਨੂੰ ਹਟ ਜਾਵੇ ਤਾਂ ਫਿਰ ਕਹਿੰਦੇ ਬਸ ਉੱਥੋਂ ਅੱਗੇ ਤੇਰੇ ਕੰਨ ਡੈਮੇਜ ਆ। ਸਾਡੇ ਕਿਸੇ ਕਲਾਕਾਰ ਦੇ ਡੈਮੇਜ ਕਰ ਲਓ, ਉਹ ਟੂੰ ਟੂੰ ਸੁਣਨੀ ਨਹੀਂ ਉਹਨਾਂ ਨੂੰ। ਤਾਂ ਡਾਕਟਰ ਸਾਹਿਬ ਨੇ ਇੱਕ ਮੈਨੂੰ ਫਿਕਰ ਵਾਲੀ ਗੱਲ ਦੱਸੀ, ਕਹਿੰਦੇ ਛੋਟੇ ਵੀਰ ਗੁੱਸਾ ਨਾ ਕਰੀ, ਤੁਹਾਡਾ ਕੰਮ ਹੈ ਇਹ, ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ, ਇਹ ਇੱਕ ਐਸੀ ਬਿਮਾਰੀ ਆ ਦੁਨੀਆਂ 'ਚ, ਤਾਂ ਕੋਈ ਚੈਲੇਂਜ ਨਹੀਂ, ਜਿੰਨੇ ਇਹ ਡੈਮੇਜ ਹੋ ਗਏ ਉਹ ਕਿਸੇ ਤਰ੍ਹਾਂ ਦੁਬਾਰਾ ਨਹੀਂ ਆਉਣੇ, ਜਿੰਨੀ ਵਾਰ ਚਲੇਗੀ ਚਲੇਗੀ, ਹਲੇ ਲਿਵਰ ਹੈ, ਹੋਰ ਕਿੰਨੀਆਂ ਚੀਜ਼ਾਂ ਟ੍ਰਾਂਸਪਲਾਂਟ ਹੋ ਜਾਂਦੀਆਂ, ਕਿਡਨੀਆਂ, ਹਾਰਟ, ਸਾਰਾ ਨਾ, ਕਹਿੰਦੇ ਕਿ ਐਸੀ ਚੀਜ਼ ਆ ਇਹ ਜਿੰਨੀ ਚਲੇਗੀ ਚਲ ਗਈ। ਕਹਿੰਦਾ ਕੋਸ਼ਿਸ਼ ਕਰ ਜਿੱਥੇ ਤੂੰ ਜਾਣਾ ਉੱਥੇ ਤੇਰੀ ਮਜਬੂਰੀ ਆ, ਬਾਕੀ ਹੋਰ ਸਾਊਂਡ 'ਤੇ ਨਾ ਜਾਇਆ ਕਰ, ਹੈ ਨਾ ਜੀ, ਘਰਦੇ ਕਹਿਣ ਫਲਾਨੀ ਜਗ੍ਹਾ ਵਿਆਹ ਦਾ ਸ਼ਗਨ ਦਿਓ, ਤੁਸੀਂ ਦਿਓ ਯਾਰ, ਉੱਥੇ ਡੀ ਜੇ ਵੱਜਦਾ ਹੋਣਾ ਅਤੇ ਕੰਨਾਂ 'ਤੇ ਤਾਂ ਕੀੜੇ ਨਿਕਲ ਜਾਣੇ, ਹਾਲੇ ਕਿ ਉਹਨਾਂ ਦੀ ਮਜਬੂਰੀ ਆ, ਉਹਨੇ ਉੱਚੀ ਮਿਊਜ਼ਿਕ ਲਾ ਕੇ ਨੱਚਣਾ, ਇੰਜੋਏ ਕਰਨਾ ਸਾਰਿਆਂ ਨੇ, ਹੈ ਨਾ ਜੀ। ਅਤੇ ਪਰ ਮੈਨੂੰ ਹੁਣ ਯਾਦ ਆ ਗਿਆ ਕਿ ਮੈਂ ਇੱਕ ਵਾਰ ਫਿਰ ਮਾਫ਼ੀ ਮੰਗ ਲਵਾਂ। ਮਾਸਟਰ ਜੀ ਠੀਕ ਆ ਤੁਹਾਡੇ ਕੰਨ ਹਨ, ਓਕੇ, ਹਾਂ ਨਾ ਘਟਾ ਸਕਦੇ ਹਾਂ, ਠੀਕ ਹੈ, ਸ਼ੁਕਰ ਹੈ, ਨਹੀਂ ਤਾਂ ਬਾਅਦ 'ਚ ਬੜਾ ਸਾਨੂੰ, ਮੈਂ ਗਿਲਟੀ ਫੀਲ ਕੀਤਾ, ਮੈਂ ਕਿਹਾ ਵੀ ਬਾਕੀ ਜਦੋਂ ਸਾਡੇ ਤੋਂ ਉੱਪਰ ਬਹੁਤ ਕਲਾਸ ਲੱਗਣੀ ਹੈ ਵੀ ਮਾਮਿਓ, ਤੁਸੀਂ ਅੱਧਾ ਪੰਜਾਬ ਬੋਲਾ ਕੀਤਾ ਕਲਾਕਾਰ ਨੇ, ਅੱਜ ਤੁਹਾਡੇ ਕੰਨ ਫੜਾਈਏ ਪਹਿਲਾਂ, ਹੈ ਜੀ, ਠੀਕ ਹੈ। ਲਖਵੀਰ ਕੁਮਾਰ ਜੀ ਤੁਸੀਂ ਰਣਜੀਤ ਰਾਣੇ ਨਾਲ ਵਾਜਾ ਵਜਾਉਣੇ, ਤੁਹਾਡੇ ਕੰਨ ਤਾਂ ਠੀਕ ਹੈ ਹੋਣੇ ਆ। ਇੱਕ ਮੈਨੂੰ ਰਚਨਾ ਯਾਦ ਆ ਗਈ ਪੰਜਾਬੀ ਦੇ ਸਿਰਮੌਰ ਕਵੀ ਸਰਦਾਰ ਚਰਨ ਸਿੰਘ ਸਫਰੀ ਸਾਹਿਬ ਦੇ, ਸਾਕਾ ਸਰਹੰਦ ਲਿਖਣ ਵਾਲੇ, ਚੰਨ ਮਾਤਾ ਗੁਜਰੀ ਦਾ ਸੋਤਾ ਕੰਡਿਆਂ ਦੀ ਸੇਜ ਵਿਛਾਈ। ਮੈਂ ਜ਼ਿੰਦਗੀ ਦੇ ਉਹਨਾਂ ਦੇ ਮਗਰਲੇ 10 ਸਾਲ ਮੇਰੇ ਚੰਗੇ ਨਸੀਬ, ਮੈਂ ਉਹਨਾਂ ਦੇ ਚਰਨਾਂ 'ਚ ਬੈਠੇ ਉਹਨਾਂ ਨੂੰ ਮਿਲਦਾ ਰਿਹਾ, ਅਤੇ ਕੁਛ ਇੱਕ ਦੋ ਗਾਣੇ ਅਸੀਂ ਰਿਕਾਰਡ ਵੀ ਕਰਾਏ ਉਹਨਾਂ ਦੇ, ਅਤੇ ਉਹਨਾਂ ਦਾ ਕਲਾਮ ਜੋ ਵੀ, ਖਾਸ ਕਰ ਤੋਂ ਉਹਨੇ ਇਤਿਹਾਸ ਲਿਖਿਆ, 10ਵੇਂ ਪਾਤਸ਼ਾਹ ਦਾ ਇਤਿਹਾਸ ਲਿਖਿਆ, ਉਹ ਮੇਰਾ ਖਿਆਲ ਨਹੀਂ ਦੁਨੀਆਂ 'ਚ ਰਹਿੰਦੀ ਦੁਨੀਆਂ ਦਾ ਕੋਈ ਮੁਕਾਬਲਾ ਕਰ ਸਕੇ ਉਹਨਾਂ ਦੀ ਕਲਮ ਦਾ। ਅਤੇ ਇੱਕ ਉਹਨਾਂ ਦੀ ਰਚਨਾ ਮੈਂ ਬਹੁਤ ਸਾਲ ਪਹਿਲਾਂ ਕਿਤਾਬ 'ਚ ਪੜ੍ਹੀ ਸੀ, ਉਹਨੂੰ ਤੋਂ ਆਗਿਆ ਲੈ ਕੇ ਫਿਰ ਮੈਂ ਕਿਤੇ ਕਿਤੇ ਸਟੇਜ 'ਤੇ ਪੇਸ਼ ਕਰਦਾ ਕਿ
ਗੁਰਧਾਮ ਜਿਹੜੇ ਉੱਧਰ ਰਹਿ ਗਏ ਆ ਵਾਗੇ ਪਾਰ, ਉਹਨਾਂ ਦੀ ਯਾਤਰਾ ਨੂੰ ਸੰਗਤ ਲੋਚਦੀ ਆ, ਜਿਹੜਾ ਪਿੱਛੇ ਜਿਹਾ ਚਲੋ ਲਾਂਘਾ ਖੁੱਲ੍ਹ ਗਿਆ ਕਰਤਾਰਪੁਰ ਸਾਹਿਬ ਦਾ। ਅਤੇ ਮੈਂ ਉਹ ਇੱਕ ਰਚਨਾ ਪੇਸ਼ ਕਰੂੰਗਾ। ਉਸ ਤੋਂ ਪਹਿਲਾਂ ਇੱਕ ਸਾਡੇ ਆਪਣੇ ਕੁਛ ਮਿਸਰੇ ਆ, ਮੇਰੇ ਮਨ ਦੇ ਬੜਾ ਨੇੜੇ ਆ, ਮੈਂ ਉਹ ਪੇਸ਼ ਕਰਨਾ ਚਾਹੂੰਗਾ। ਤਕਲੀਫਾਂ ਕਿੰਨੀਆਂ ਚੱਲੀਆਂ ਦਸ ਤਾਰਾਂ ਨੂੰ ਪਤਾ, ਮਿਲੀਆਂ ਨੇ ਕਿੰਨੀਆਂ ਮਹਿੰਗੀਆਂ ਸਰਦਾਰਾਂ ਨੂੰ ਪਤਾ, ਸਿਰ ਕਿੰਨੇ ਗਏ ਆਜ਼ਾਦੀ ਲਈ, ਸਿਰ ਕਿੰਨੇ ਗਏ ਆਜ਼ਾਦੀ ਲਈ, ਸਿਰ ਲੱਥ ਜਾਣਦੇ ਜਾਨੋ ਗਿਆ ਹੈ ਕੌਣ ਕੌਣ, ਤਲਵਾਰਾਂ ਨੂੰ ਪਤਾ, ਜਾਨਾ ਬਚਾ ਕੇ ਦੌੜੇ ਕੀ ਛੱਡ ਆਏ ਸਨ, ਜਾਨਾ ਬਚਾ ਕੇ ਦੌੜੇ ਕੀ ਛੱਡ ਆਏ ਸਨ, ਸੰਤਾਲੀ ਵਿੱਚ ਉਜੜੇ ਹੋਏ ਪਰਿਵਾਰਾਂ ਨੂੰ ਪਤਾ, ਅੰਨਦਾਤਿਆਂ ਨੂੰ ਮਰਨ ਲਈ ਮਜਬੂਰ ਕਿਨ ਕੀਤਾ, ਸਲਫਾਸ ਪੀ ਕੇ ਮਰਦੇ ਹੋਏ ਜ਼ਿਮੀਦਾਰਾਂ ਨੂੰ ਪਤਾ, ਪਤਾ, ਪਤਾ ਕੌਣ। ਪਿਆਨੋ ਕੌਣ। ਇੱਕ ਬੋਲ ਧਿਆਨ ਚਾਹੂੰਗਾ। ਨਸ਼ਾ ਜਿਹਦਾ ਪ੍ਰਕੋਪ ਪੂਰੀ ਦੁਨੀਆਂ 'ਚ ਫੈਲਿਆ ਹੋਇਆ, ਪੂਰੀ ਦੁਨੀਆਂ ਇਹਦੇ ਪੰਜੇ 'ਚ, ਨਸ਼ੇ ਦੇ, ਡਰੱਗਸ ਦੇ। ਇੱਕ ਸ਼ੇਰ ਸੁਣ ਲਓ। ਕਿੰਨਿਆਂ ਨੂੰ ਚਿੱਟਾ ਖਾ ਗਿਆ, ਕਿੰਨਿਆਂ ਨੂੰ ਚਿੱਟਾ ਖਾ ਗਿਆ, ਕਿੰਨਿਆਂ ਨੂੰ ਚਿੱਟਾ ਖਾ ਗਿਆ, ਇਹ ਸਾਥੋਂ ਪੁੱਛ ਲਓ, ਕਿੰਨਿਆਂ ਨੂੰ ਚਿੱਟਾ ਖਾ ਗਿਆ, ਇਹ ਸਾਥੋਂ ਪੁੱਛ ਲਓ, ਕਮਾਈ ਕਿੰਨੀ ਪੰਜਾਬ ਦੇ ਗੁਨਾਹਗਾਰਾਂ ਨੂੰ ਪਤਾ, ਪਤਾ, ਪਤਾ ਮਾਲਿਕ ਜੋ ਚਾਹੁੰਦੇ ਉਹਨਾਂ ਦੇ ਵਿੱਚ ਉਹੀ ਉਹ ਛਪਦਾ ਏ, ਮਾਲਿਕ ਜੋ ਚਾਹੁੰਦੇ ਉਹਨਾਂ ਦੇ ਵਿੱਚ ਉਹੀ ਉਹ ਛਪਦਾ ਏ, ਅੰਦਰਲੀ ਗੱਲ ਹੁੰਦੀ ਨਹੀਂ ਅਖਬਾਰਾਂ ਨੂੰ ਪਤਾ,
ਪਤਾ ਲੁੱਟ ਹੋ ਕੇ ਕੁੱਟ ਖਾ ਕੇ ਵੋਟਾਂ ਪਾਉਣਗੇ, ਲੁੱਟ ਹੋ ਕੇ ਕੁੱਟ ਖਾ ਕੇ ਵੋਟਾਂ ਪਾਉਣਗੇ। ਲੋਕਾਂ ਦੀ ਯਾਦਾਸ਼ਤ ਹੈ ਸਰਕਾਰਾਂ ਨੂੰ ਪਤਾ ਪਤਾ ਪਤਾ। ਚੋਟੀ ਤੇ ਪਹੁੰਚਿਆ ਨੂੰ ਕਈ ਵਾਰੀ ਜਦੋਂ ਕੋਈ ਆਰਟਿਸਟ ਜਾਂ ਸਪੋਰਟਸਮੈਨ ਮਸ਼ਹੂਰ ਹੋ ਜਾਂਦਾ, ਕਈ ਮੇਰੇ ਵਰਗੇ ਕਹਿਣ ਲੱਗ ਪੈਂਦੇ ਤਾਂ ਸੂਤ ਆ ਗਿਆ, ਇਹ ਤਾਂ ਕੱਲ੍ਹ ਜੰਮਿਆ ਸੀ ਯਾਰ, ਅੱਜ ਸਟਾਰ ਬਣ ਗਿਆ, ਵੱਡਾ ਹੋ ਗਿਆ। ਇੱਦਾਂ ਕਦੇ ਨਹੀਂ ਹੁੰਦਾ। ਆਪਾਂ ਲਾਈਟ ਵਿੱਚ ਆਇਆਂ ਨੂੰ ਦੇਖਦੇ ਹਾਂ, ਜਿਹੜਾ ਪਿਛਲਾ ਹਨੇਰਾ ਹੁੰਦਾ। ਕਿੰਨੀਆਂ ਹੁਣ ਰਾਤਾਂ ਵੇਖੀਆਂ, ਕਿੰਨੇ ਜਗਰਾਤੇ ਕੱਟੇ ਆ, ਕਿੰਨੀ ਮਿਹਨਤ ਕੀਤੀ, ਉਹਦਾ ਨਹੀਂ। ਉਹ ਸਿਰਫ ਜਿਹੜੇ ਨਾਲੇ ਸਾਥ ਦਿੰਦੇ ਆ ਉਹਨਾਂ ਨੂੰ ਪਤਾ ਹੁੰਦਾ। ਚੋਟੀ ਤੇ ਪਹੁੰਚਿਆਂ ਨੂੰ ਸਾਰੀ ਦੁਨੀਆ ਵੇਖਦੀ, ਰਾਹਾਂ ਦੀ ਜੋ ਤਕਲੀਫ ਦੇਬੀ ਯਾਰਾਂ ਨੂੰ ਪਤਾ ਪਤਾ ਪਤਾ। ਸਫਰੀ ਸਾਹਿਬ ਦਾ ਕਲਾਮ। ਹਾਂਜੀ, ਹੋਇਆ ਦਰਸ਼ਨ ਪਾਇਆ ਨੂੰ ਗੁਰੂ ਨਾਨਕ ਦੇ ਨਨਕਾਣੇ ਦਾ, ਫਿਰ ਹੋਇਆ ਦਰਸ਼ਨ ਪਾਇਆ ਨੂੰ ਗੁਰੂ ਨਾਨਕ ਦੇ ਨਨਕਾਣੇ ਦਾ। ਖੁਦ ਗਰਜ਼ਾ ਚੇਤਾ ਵਿਸਰ ਗਿਆ, ਖੁਦ ਗਰਜ਼ਾ ਚੇਤਾ ਵਿਸਰ ਗਿਆ, ਤੈਨੂੰ ਆਪਣੇ ਅਸਲੀ ਠਿਕਾਣੇ ਦਾ। ਫਿਰ ਹੋਇਆ ਦਰਸ਼ਨ ਪਾਇਆ ਨੂੰ ਗੁਰੂ ਨਾਨਕ ਦੇ ਨਨਕਾਣੇ ਦਾ, ਚਿਰ ਹੋਇਆ ਦਰਸ਼ਨ ਪਾਇਆ ਨੂੰ ਗੁਰੂ ਨਾਨਕ ਦੇ ਨਨਕਾਣੇ ਦਾ। ਇੱਕ ਢੇਰੀ ਪੱਠੇ ਵਿੱਚ ਰੱਖਦੀ ਏ ਭਈ ਨਾਨਕ ਨਾਨਕ ਆਖਦੀ ਏ। ਜਿਨ ਸਾਡੀ ਖਾਤਿਰ ਹੋ ਸਾਡੀ ਖਾਤਿਰ ਜੀਨੇ ਸਾਡੀ ਖਾਤਿਰ ਜਿਨ ਸਾਡੀ ਖਾਤਿਰ ਦੁੱਖ ਚੱਲਿਆ, ਦੁੱਖ ਪੁੱਛੀਏ ਦਰਦ ਰੰਜਾਣੇ ਦਾ। ਫਿਰ ਹੋਇਆ ਦਰਸ਼ਨ ਪਾਇਆ ਨੂੰ
ਗੁਰੂ ਨਾਨਕ ਦੇ ਨਨਕਾਣੇ ਦਾ ਚਿਰ ਹੋਇਆ ਦਰਸ਼ਨ ਪਾਇਆ ਨੂੰ ਗੁਰੂ ਨਾਨਕ ਦੇ ਨਨਕਾਣੇ ਦਾ ਸਾਹਿਬ ਨੂੰ ਆਜ਼ਾਦ ਕਰਾਉਣ ਲਈ ਮਹਾਨਤਾ ਤੋਂ ਜਿਹੜੀ ਕੁਰਬਾਨੀ ਦਿੱਤੀ ਸੀ ਉਹਨਾਂ ਸੂਰਮਿਆਂ ਦੀ ਗੱਲ ਕੀਤੀ ਸਫਰੀ ਸਾਹਿਬ ਨੇ। ਇੱਕ ਲਛਮਣ ਸਿੰਘ ਲਾਸਾਨੀਏ, ਇੱਕ ਲਛਮਣ ਸਿੰਘ ਲਾਸਾਨੀਏ, ਜਿਹਦੀ ਬਹੁਤ ਵੱਡੀ ਕੁਰਬਾਨੀ ਏ। ਜਦੋਂ ਜੰਡ ਨਾਲ ਬੰਨ ਕੇ ਅੱਗ ਲਾਈ, ਦਿਲ ਫਟ ਨਾ ਗਿਆ ਜਰਵਾਣੇ ਦਾ, ਫਿਰ ਹੋਇਆ ਦਰਸ਼ਨ ਪਾਇਆ ਨੂੰ ਗੁਰੂ ਨਾਨਕ ਦੇ ਨਨਕਾਣੇ ਦਾ, ਫਿਰ ਹੋਇਆ ਦਰਸ਼ਨ ਪਾਇਆ ਨੂੰ ਗੁਰੂ ਨਾਨਕ ਦੇ ਨਨਕਾਣੇ। ਅਸੀਂ ਦਰਸ ਪੰਜੇ ਦਾ ਕਰਨਾ ਏ, ਅਸੀਂ ਦਰਸ ਪੰਜੇ ਦਾ ਕਰਨਾ ਏ, ਅਸੀਂ ਡੇਰਾ ਸਾਹਿਬ ਜਾ ਮਰਨਾ ਏ। ਮਿਲਦਾ ਏ ਮੌਕਾ, ਹੋ ਮਿਲਦਾ ਮੌਕਾ ਕਦੇ ਕਦੇ, ਘਰ ਆਪਣੇ ਸਫਰੀ ਜਾਣੇ ਦਾ, ਫਿਰ ਹੋਇਆ ਦਰਸ਼ਨ ਪਾਇਆ ਨੂੰ ਗੁਰੂ ਨਾਨਕ ਦੇ ਨਨਕਾਣੇ ਦਾ, ਫਿਰ ਹੋਇਆ ਦਰਸ਼ਨ ਪਾਇਆ ਨੂੰ ਗੁਰੂ ਨਾਨਕ ਦੇ ਨਨਕਾਣੇ ਦਾ, ਫਿਰ ਹੋਇਆ ਦਰਸ਼ਨ ਪਾਇਆ ਨੂੰ ਗੁਰੂ ਨਾਨਕ ਦੇ ਨਨਕਾਣੇ ਦਾ, ਗੁਰੂ ਨਾਨਕ ਦੇ ਨਨਕਾਣੇ ਦਾ। ਲਓ ਸਤਸੰਗ ਇੱਕ ਰਚਨਾ, ਇੱਕ ਪੰਜਾਬੀ ਦੇ ਹੋਰ ਅਜ਼ੀਮ ਕਵੀ ਹੁਣ ਵਿਛੋੜਾ ਦੇਗਾ ਪਿੱਛੇ ਜਾ, ਪ੍ਰੋਫੈਸਰ ਅਨੂਪ ਵਿਰਕ ਸਾਹਿਬ, ਉਹਨਾਂ ਦਾ ਅਸੀਂ ਇੱਕ ਮਾਸਟਰ ਜੋਗਾ ਸਿੰਘ ਜੀ ਉਹਨਾਂ ਨੂੰ ਮਿਲੇ ਵੀ ਆ, ਬਹੁਤ ਵੱਡੇ ਸ਼ਾਇਰ ਸੀ ਗੁਰੂ ਜੀ ਸੁਰਜੀਤ ਪਾਤਰ ਸਾਹਿਬ ਦੇ ਮਿੱਤਰ, ਅਤੇ ਉਹਨਾਂ ਦਾ ਇੱਕ ਅਸੀਂ ਰਚਨਾ ਰਿਕਾਰਡ ਕਰਾਈ ਸੀ 20-22 ਸਾਲ ਪਹਿਲਾਂ ਮੌਕੇ ਦਾ। ਮੈਂ ਪਿੱਪਲ ਦੇ ਪੱਤੇ ਆਵੇ ਦੱਸਦੇ ਹੀ ਹਵਾਵਾਂ ਨੂੰ, ਸਮੇਂ ਸਮੇਂ 'ਤੇ ਇਨਕਲਾਬ ਆਉਂਦੇ ਆ, ਲਹਿਰਾਂ ਚੱਲਦੀਆਂ, ਐਜੂਟੇਸ਼ਨ ਚੱਲਦੀਆਂ, ਸਰਕਾਰਾਂ ਦੇ ਖਿਲਾਫ, ਐਸਟੈਬਲਿਸ਼ਮੈਂਟ ਦੇ ਖਿਲਾਫ, ਸਥਾਪਤੀ ਦੇ ਖਿਲਾਫ, ਉਹਨਾਂ ਲਹਿਰਾਂ ਨੂੰ ਦਬਾਉਣ ਲਈ ਹਰ ਹਰਬਾ ਵਰਤਿਆ ਜਾਂਦਾ, ਪੁਲਿਸ ਜਬਰ ਨਾਲ ਦਵਾਈਆਂ ਗਈਆਂ ਲਹਿਰਾਂ, ਅਤੇ ਕਈ ਜਿਹੜੇ ਦੁਖਾਂਤ ਵਾਪਰੇ ਮੁਕਾਬਲੇ ਬਣਦੇ ਆ, ਪੁਲਿਸ ਮੁਕਾਬਲੇ, ਉਹ ਰਾਤਾਂ ਨੂੰ ਸੁਣ ਉਜਾੜ ਬੀਆਬਾਨ ਥਾਵਾਂ 'ਤੇ ਬਣਦੇ ਆ।
ਉੱਥੇ ਕੋਈ ਗਵਾਹ ਨਹੀਂ ਹੁੰਦਾ, ਕੋਈ ਜੰਡ ਕਰੀਰ ਜਿਹੜੇ ਖੜ੍ਹੇ ਹੁੰਦੇ ਆ, ਝਾੜ ਖੜ੍ਹੇ ਹੁੰਦੇ ਆ, ਉਹ ਸਿੰਬਲ ਬਹੁਤ ਕਮਾਲ ਲਿਆ ਪ੍ਰੋਫੈਸਰ ਸਾਹਿਬ ਨੇ। ਪਿੱਪਲ ਦੇ ਪੱਤੇ ਆਵੇ, ਇੱਕ ਦਰਖਤ ਖੜ੍ਹਾ ਜਿਹਦੇ ਥੱਲੇ ਮੁਕਾਬਲੇ ਬਣਾਏ ਜਾ ਰਹੇ, ਉਹ ਕਹਿੰਦੇ ਵੀ ਹੋਰ ਤਾਂ ਭਾਈ ਕੋਈ ਨਹੀਂ ਗਵਾਈ, ਤੂੰ ਹੀ ਆਉਣ ਵਾਲੇ ਸਮਝ ਦੱਸੀ ਵੀ ਕੀ ਹੋਇਆ ਸੀ। ਬੜੀ ਦਿਲ ਨੂੰ ਟੁੰਬਣ ਵਾਲੀ ਰਚਨਾ ਪ੍ਰੋਫੈਸਰ ਸਾਹਿਬ ਦੀ। ਮਾਸਟਰ ਜੀ ਬਹੁਤ ਬਹੁਤ ਸ਼ੁਕਰਗੁਜ਼ਾਰ ਸਾਰੀ ਸੰਗਤ ਦਾ, ਤੁਸੀਂ ਕਲਾ ਨੂੰ ਪਿਆਰ ਕਰਨ ਵਾਲੇ, ਆਰਟ ਨੂੰ, ਕਵਿਤਾ ਨੂੰ, ਸਾਡੇ ਬਹੁਤ ਪੁਰਾਣੇ ਮਿੱਤਰ। ਸਾਧ ਸੰਗਤ ਮੈਂ ਬੇਨਤੀ ਕਰੂੰਗਾ ਬੀਬੀਆਂ ਭੈਣਾਂ ਨੂੰ ਖਾਸ ਤੌਰ 'ਤੇ, ਜੇ ਟਾਈਮ ਜ਼ਿਆਦਾ ਹੋ ਗਿਆ ਅਸੀਂ ਸਮਾਪਤ ਕਰ ਦਿੰਦੇ ਹਾਂ, ਕਿਉਂਕਿ ਸਾਨੂੰ 1 ਵਜੇ ਦਾ ਟਾਈਮ ਸੀਗਾ, ਅਸੀਂ 1 ਤੋਂ 3 ਕਹਾਂਗੇ, ਅਸੀਂ 12:30 ਆ ਗਿਆ ਸੀਗੇ, ਪਰ ਚਲੋ ਸਮਾਗਮ ਲੇਟ ਹੋ ਜਾਂਦੇ ਆ। ਪਰ ਕਲਾਕਾਰ ਕੋਈ ਵੀ ਹੈ, ਚਾਹੇ ਧਾਰਮਿਕ ਸਟੇਜ ਹੈ, ਚਾਹੇ ਵਿਆਹ ਸ਼ਾਦੀ ਹੈ, ਜਿਹੜਾ ਆਰਟਿਸਟ ਕਲਾਕਾਰ ਸਟੇਜ 'ਤੇ ਗਾ ਰਿਹਾ ਉਹਨੂੰ ਤਾਂ ਹੀ ਮਜ਼ਾ ਆਉਂਦਾ ਜੇ ਸੰਗਤ ਸਾਹਮਣੇ ਧਿਆਨ ਨਾਲ ਸੁਣਦੇ ਹੋਵੇ। ਜੇ ਤੁਸੀਂ ਥੱਕ ਗਏ ਹੋ, ਤੁਸੀਂ ਜਾਣਾ, ਤਾਂ ਫਿਰ ਮੈਂ ਵੀ ਆਗਿਆ ਲੈਂਦਾ ਤੁਹਾਤੋਂ ਸਾਰਿਆਂ ਤੋਂ, ਕਿਉਂਕਿ ਸਾਨੂੰ ਫਿਰ ਸੰਗਤ ਦੇ ਵਿੱਚੋਂ ਕਿਰਦੀ ਆ, ਸਾਡਾ ਕਾਲਜਾ ਘਿਰਦਾ ਹੋਵੇ ਥੱਲੇ ਨੂੰ, ਫਿਰ ਸਾਨੂੰ ਮਜ਼ਾ ਨਹੀਂ ਆਉਂਦਾ, ਉਹ ਮੂਡ ਨਹੀਂ ਰਹਿੰਦਾ। ਜੇ ਤੁਸੀਂ ਕਹੋ ਤਾਂ ਅਸੀਂ ਥੋੜ੍ਹਾ ਚਿਰ ਹੋਰ ਲਾ ਦਿੰਦੇ ਹਾਂ, ਪਰ ਫਿਰ ਵਾਅਦਾ ਕਰੋ ਕਿ ਜਿੰਨੇ ਹੈਗੇ ਉਹਨਾਂ ਨੂੰ ਬੈਠੇ ਰਹੋ। ਤੁਸੀਂ ਵੀਰ ਆ ਕੇ ਬਹਿ ਜਾਓ ਯਾਰ, ਹੈ ਨਾ, ਆ ਕੇ ਬਹਿ ਜਾਓ ਸੰਗਤ 'ਚ ਬਹਿ ਜਾਓ ਮੇਰਾ ਭਰਾ, ਹੈ ਨਾ। ਇਹ ਕਿਹੜਾ ਕੋਈ ਖੁੱਲ੍ਹਾ ਕਾਂਸਰਟ ਹੈ, ਕੋਈ ਮੇਲਾ ਹੋ ਰਿਹਾ, ਇਹ ਗੁਰੂ ਦਰਬਾਰ ਦੀ ਹਾਜ਼ਰੀ ਆ। ਤੁਹਾਡਾ ਕਿਹੜਾ ਮਸਲ ਪੁੱਲ ਹੋਇਆ ਹੁਣ? ਮੇਰਾ ਮਸਲ ਪੁੱਲ ਹੋਇਆ, ਵੈਸੇ 2 ਮਹੀਨੇ ਹੋ ਗਏ, ਮੈਂ ਬਹਿ ਹੀ ਨਹੀਂ ਸਕਦਾ, ਜਾਂ ਖੜ੍ਹਾ ਰਹਾਂ ਜਾਂ ਸੌਂ ਜਾਵਾਂ, ਟੀਕਾ ਟੂਕਾ ਲਵਾ ਕੇ ਆਉਣਾ ਜੀ, ਬਾਂਹ ਬੂਹ ਮਾਰ ਕੇ ਕੀ ਮੈਂ ਵੀ ਕਮਲਾ ਕੀ ਦੱਸਣ ਲੱਗ ਗਿਆ, ਮਾਫ਼ੀ ਚਾਹੁੰਦਾ, ਮੈਂ ਆਪਣਾ ਦੁੱਖ ਮੈਂ ਤੋਂ ਭੁਲੇਖੇ ਨਾਲ ਦੱਸ ਹੋ ਗਿਆ, ਤੁਹਾਡਾ ਤਾਂ ਨਹੀਂ ਦੁੱਖ, ਤਾਂ ਤੁਸੀਂ ਬੈਠ ਸਕਦੇ, ਮੈਂ ਕਹਿ ਰਿਹਾ ਸੀ ਤੁਸੀਂ ਬਹਿ ਜਾਓ ਤਾਂ ਚੰਗੀ ਗੱਲ ਹੈ, ਇੱਥੇ ਵੀ ਖੜ੍ਹੇ ਰਹੋ ਤਾਂ ਵੀ ਠੀਕ ਆ, ਜੇ ਜਾਣਾ ਹੋਇਆ ਦੱਸ ਦਿਓ ਫਿਰ ਮੈਂ ਵੀ ਚਲੇ ਜਾਊਂਗਾ। ਸਿਆਣੇ ਕਹਿੰਦੇ ਰੇਤੇ 'ਚ ਘੇ ਡੋਲਣ ਦਾ ਫਾਇਦਾ ਨਹੀਂ ਹੁੰਦਾ, ਫਿਰ ਮਜ਼ਾ ਨਹੀਂ ਆਉਂਦਾ। ਪੰਜਾਬੀ ਲੋਕ ਬੋਲੀ 'ਚ ਕੀ ਹੈ ਨਾ, ਇੱਕੋ ਤੇਰਾ ਲੱਖ ਵਰਗਾ ਦੂਜਾ ਮੋੜ ਕੇ ਜੇਬ ਵਿੱਚ ਪਾ ਲੈ। ਕਲਾਕਾਰ ਨੂੰ ਵੈਸੇ ਇੱਕੋ ਹੀ ਸਰੋਤਾ ਧਿਆਨ ਨਾਲ ਸੁਣਦਾ ਹੋਵੇ, ਉਹਨੂੰ ਲੱਖ ਵਰਗਾ ਹੁੰਦਾ। ਤੁਸੀਂ ਬਹੁਤ ਪਿਆਰ ਨਾਲ ਸੁਣ ਰਹੇ ਹਾਂ ਬਾਬਿਆਂ ਦੀ ਹਾਜ਼ਰੀ ਭਰ ਰਹੇ ਗੁਰੂ ਮਹਾਰਾਜ ਦੀ ਹਜ਼ੂਰੀ 'ਚ। ਮੈਂ ਤਾਂ ਫਿਰ ਇੱਕ ਵਾਰ ਫਿਰ ਮਾਫ਼ੀ, ਅਸੀਂ ਹਰ ਵਾਰ ਪੈਰ ਪੈਰ 'ਤੇ ਮਾਫ਼ੀ ਮੰਗਣਾ ਜ਼ਰੂਰੀ ਹੈ ਸਾਡੇ ਲਈ, ਕਿਉਂਕਿ ਬਹੁਤ ਜ਼ਿੰਮੇਵਾਰ ਥਾਵਾਂ, ਬਹੁਤ ਜ਼ਿੰਮੇਦਾਰ ਥਾਵਾਂ, ਕੋਈ ਜ਼ੁਬਾਨ ਫਿਸਲ ਜਾਂਦੀ, ਕੋਈ ਮਾਲਕ ਨਾ ਕਰੇ ਕੋਈ ਅੱਗੇ ਪਿੱਛੇ ਸ਼ਬਦ ਨਾ ਨਿਕਲਿਆ, ਸੀ ਆਪਣੇ ਆਪ 'ਤੇ ਬੰਦਿਸ਼ ਲਾ ਕੇ ਰੱਖੀ ਦੀ, ਅਰਦਾਸ ਕਰੇ ਦੀ ਮਾਲਕ ਅੱਗੇ। ਪਰ ਇਹ ਤੁਹਾਡੇ ਅੱਗੇ ਬੇਨਤੀ ਹੈ ਕਿ ਥੋੜ੍ਹਾ ਮਾਹੌਲ ਬਣਾ ਕੇ ਰੱਖੋ, ਫਿਰ ਅਸੀਂ ਹੋਰ ਕੁਛ ਸਮਾਂ ਲਾਉਂਦੇ ਹਾਂ। ਸੋ ਮੈਂ ਉਹ ਰਚਨਾ ਪੱਤਿਆਂ ਵੇ ਦੱਸ ਦੇਈ ਹਵਾਵਾਂ ਨੂੰ, ਪਿੱਪਲ ਦੀਆਂ ਪੱਤਿਆਂ ਵੇ ਦੱਸ ਦੇਈ ਹਵਾਵਾਂ ਨੂੰ, ਪੁੱਤ ਰੋਈਏ ਰੁਲਦੇ ਨੇ ਲੱਭਣੇ ਨਹੀਂ ਮਾਵਾਂ ਨੂੰ, ਪੁੱਤ ਰੋਈਏ ਰੁਲਦੇ ਨੇ ਲੱਭਣੇ ਨਹੀਂ ਮਾਵਾਂ ਨੂੰ। ਟਾਂ
ਤਾਂ ਜੁੜਦੇ ਨੇ ਪਿੱਪਲ ਦੀਆਂ ਪੱਤਿਆਂ ਵੇ ਟੁੱਟੇ ਟਾਰ ਨਾਲ ਜੁੜਦੇ ਨੇ ਰੁੱਸੇ ਤਾਂ ਮੁੜ ਆਉਂਦੇ ਮੋਏ ਕਦ ਮੁੜਦੇ ਨੇ ਰੁੱਸੇ ਤਾਂ ਮੁੜ ਆਉਂਦੇ ਮੋਏ ਕਦ ਮੁੜਦੇ ਨੇ ਪ੍ਰੋਫੈਸਰ ਵਿਰਕ ਸਾਹਿਬ ਤੋਂ ਜਦੋਂ ਮੈਂ ਰਚਨਾ ਲੈਣ ਗਿਆ ਸੀ ਉਦੋਂ ਪਟਿਆਲੇ ਰਹਿੰਦੇ ਸੀ ਉਹਨਾਂ ਨੇ ਇੱਕ ਗੱਲ ਸੁਣਾਈ ਸੀ ਬੜੀ ਕੀਮਤੀ ਜਦੋਂ ਖਾੜਕੂ ਲਹਿਰ ਦਾ ਦੌਰ ਸੀ ਇੱਕ ਯੋਧਾ ਗ੍ਰਿਫਤਾਰ ਹੋਇਆ ਸੀ ਉਹਦੀ ਜੇਬ ਵਿੱਚ ਕਵਿਤਾ ਲਿਖੀ ਸੀ ਇੱਕ ਕਵਿਤਾ ਲਿਖੀ ਸੀ ਫਰਾਰ ਸੀ ਬੰਦਾ ਖਾੜਕੂ ਤਾਂ ਉਹ ਕਹਿੰਦੇ ਉਹ ਕਵਿਤਾ ਪੜ੍ਹ ਕੇ ਪੁਲਿਸ ਉਹਨਾਂ ਤੱਕ ਪਹੁੰਚੀ ਕਹਿੰਦੇ ਮਹਾਰਾਜ ਤੁਹਾਤੋਂ ਗੱਲਬਾਤ ਪੁੱਛਣੀ ਆ ਇਹ ਤੁਸੀਂ ਲਿਖੀ ਆ ਕਹਿੰਦੇ ਹਾਂ ਮੈਂ ਲਿਖੀ ਕਹਿੰਦੇ ਫਲਾਣੇ ਬੰਦੇ ਦੀ ਜੇਬ ਚੋਂ ਮਿਲੀ ਆ ਕਹਿੰਦੇ ਅਸੀਂ ਇੰਨਾ ਕੁ ਸਾਨੂੰ ਗੁਰੂ ਮਹਾਰਾਜ ਨੇ ਤਾਕਤ ਬਖਸ਼ੀ ਆ ਸਮੇਂ ਦਾ ਸੱਚ ਲਿਖ ਸਕੀ ਜੇ ਤੁਹਾਨੂੰ ਇਹ 'ਚ ਕੋਈ ਜੁਰਮ ਲੱਗਦਾ ਮੇਰੇ ਤੋਂ ਜਿਹੜੀ ਧਾਰਾ ਲਾਉਣੀ ਲਾ ਦਿਓ ਮੈਨੂੰ ਅੰਦਰ ਦੇਣਾ ਮੈਨੂੰ ਜੇਲ੍ਹ 'ਚ ਦੇ ਦਿਓ ਮੈਂ ਜੋ ਮਹਿਸੂਸ ਕੀਤਾ ਮੈਂ ਉਹ ਲਿਖਿਆ ਮੈਨੂੰ ਵਜ੍ਹਾ ਦੱਸਣ ਦੀ ਕੋਈ ਜ਼ਰੂਰਤ ਨਹੀਂ ਮੈਂ ਕਿਉਂ ਲਿਖਿਆ ਕਿਹਦੇ 'ਤੇ ਲਿਖਿਆ ਅਸਲੀ ਕਲਾਮ ਉਹੀ ਆ ਲੋਕ ਜਿਹਨੂੰ ਦਿਲ ਨਾਲ ਲਾ ਕੇ ਰੱਖਦੇ ਆ ਅੰਦਰ ਰਚ ਜਾਂਦੇ ਆ ਮੇਰੇ ਵਰਗੇ ਟਾਰਾਂ ਬਹੁਤ ਮਾਰਦੇ ਲੋਕ ਦੂਜੇ ਦਿਨ ਭੁੱਲ ਜਾਂਦੇ ਸੱਚ ਉਹੀ ਆ ਕਲਾਮ ਉਹੀ ਆ ਜਿਹੜੇ ਸਦੀਆਂ ਤੱਕ ਲੋਕਾਂ ਦੇ ਸੀਨਿਆਂ ਵਿੱਚ ਜ਼ਿੰਦਾ ਰਹਿੰਦੇ ਸੂਫੀ ਕਾਵਿ ਹੁਣ ਤੱਕ ਜ਼ਿੰਦਾ ਗੁਰਮਤ ਕਾਵਿ ਹੁਣ ਤੱਕ ਜ਼ਿੰਦਾ ਜਿੰਨੇ ਚੰਗੇ ਸ਼ਾਇਰਾਂ ਦੇ ਕਲਾਮ ਹੈ ਉਹ ਲੋਕਾਂ ਦੇ ਸੀਨਾ ਬਸੀਨਾ ਪੀੜ੍ਹੀ ਦਰ ਪੀੜ੍ਹੀ ਚੱਲਦੇ ਆ ਉਹ ਕਹਿੰਦੇ ਮੈਂ ਲਿਖਤਾ ਜੋ ਤੁਸੀਂ ਕਰਨਾ ਕਰ ਲਓ ਹਾਂ ਇਹ ਮੇਰਾ ਕਲਾਮ ਮੈਂ ਝੰਜੋੜਿਆ ਗਿਆ ਉਹਨਾਂ ਦੇ ਘਰੇ ਬੈਠਾ ਸੀ ਪੁਰਾਣੀ ਗੱਲ ਹੈ 20-25 ਸਾਲ ਪਹਿਲੀ ਗੱਲ ਖਿਆਲ ਸੁਣਨਾ ਕੀ ਲਿਖਿਆ ਬਾਬਿਆਂ ਨੇ ਪਿੱਪਲ ਦੀਆਂ ਪੱਤੀਆਂ ਵੇ ਅਸੀਂ ਹੋ ਮਜਬੂਰ ਗਏ ਪਿੱਪਲ ਦੀਆਂ ਪੱਤੀਆਂ ਵੇ ਅਸੀਂ ਹੋ ਮਜਬੂਰ ਗਏ ਧੀਆਂ ਨੂੰ ਕਹਿੰਦੇ ਵੀ ਬਾਬੁਲ ਬੜੀ ਦੂਰ ਗਏ ਧੀਆਂ ਨੂੰ ਕਹਿੰਦੇ ਵੀ ਬਾਬੁਲ ਬੜੀ ਦੂਰ ਗਏ ਦਰਦ ਬੜਾ ਪਿੱਪਲ ਦੀਆਂ ਪੱਤਿਆਂ ਵੇ ਪੱਤਿਆਂ ਵਿੱਚ ਦਰਦ ਬੜਾ ਵਤਨਾਂ ਦੀ ਮਿੱਟੀ ਦਾ ਸਾਡੇ ਸਿਰ ਕਰਜ ਬੜਾ ਵਤਨਾਂ ਦੀ ਮਿੱਟੀ ਦਾ ਸਾਡੇ ਸਿਰ ਕਰਜ ਬੜਾ ਪਿੱਪਲ ਦੀਆਂ ਪੱਤਿਆਂ ਵੇ ਟਹਿ ਪਏ ਬਨੇਰੇ ਨੇ ਕਬਰਾਂ ਵਿੱਚ ਦੀਵੇ ਨੇ ਸਾਡੇ ਘਰੀ ਹਨੇਰੇ ਨੇ ਕਬਰਾਂ ਵਿੱਚ ਦੀਵੇ ਨੇ ਸਾਡੇ ਘਰੀ ਹਨੇਰੇ ਨੇ
ਪੱਤਿਆਂ ਵੇ ਪਿੱਪਲ ਦੀਆਂ ਪੱਤਿਆਂ ਵੇ ਪੱਤਿਆਂ ਨੇ ਚੜ ਜਾਣਾ ਪਿੱਪਲ ਦੀਆਂ ਪੱਤਿਆਂ ਵੇ ਪੱਤਿਆਂ ਨੇ ਚੜ ਜਾਣਾ ਰੂਹਾਂ ਤਾਂ ਰੋਸ਼ਨ ਨੇ ਪਿੰਡਿਆਂ ਨੇ ਸੜ ਜਾਣਾ ਰੂਹਾਂ ਤਾਂ ਰੋਸ਼ਨ ਨੇ ਜਾਣਾ ਆਖਰੀ ਬੋਲ ਹੈ ਜੀ ਬੜਾ ਮੇਰੇ ਮਨ ਦੇ ਬਹੁਤ ਨੇੜੇ ਬੋਲ ਹੈ ਆਖਰੀ ਬੋਲ ਹੈ ਕਹਿੰਦਾ ਵੀ ਹੁਣ ਤੇਰੇ ਬਿਨਾਂ ਕੋਈ ਮੌਕੇ ਦਾ ਗਵਾਹ ਨਹੀਂ ਤੇਰੀ ਡਿਊਟੀ ਆ ਆਉਣ ਵਾਲੇ ਸਮੇਂ 'ਚ ਦੱਸੀ ਤੂੰ ਜਿਹੜੇ ਸ਼ਹੀਦ ਹੋ ਰਹੇ ਆ ਉਹਨਾਂ ਦਾ ਗਵਾਹ ਸਿਰਫ ਤੂੰ ਪਿੱਪਲ ਦੀਆਂ ਪੱਤਿਆਂ ਵੇ ਸਾਡੀ ਭੁੱਲ ਚੁੱਕ ਮਾਫ ਕਰੀ ਪਿੱਪਲ ਦੀਆਂ ਪੱਤਿਆਂ ਵੇ ਸਾਡੀ ਭੁੱਲ ਚੁੱਕ ਮਾਫ ਕਰੀ ਪਿੱਪਲ ਦੀਆਂ ਪੱਤਿਆਂ ਵੇ ਸਾਡੀ ਭੁੱਲ ਚੁੱਕ ਮਾਫ ਕਰੀ ਬੇਨਾਮ ਸ਼ਹੀਦਾਂ ਦਾ ਤੂੰ ਹੀਓ ਇਨਸਾਫ 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 ਕਰੀ ਤੂੰ ਹੀਓ ਇਨਸਾਫ ਕਰੀ ਤੂੰ ਹੀਓ ਇਨਸਾਫ ਕਰੀ ਤੂੰ ਹੀਓ ਇਨਸਾਫ ਕਰੀ ਇੱਕ ਐਸੇ ਯੋਧੇ ਦੀ ਵਾਰ ਸ਼ਹੀਦ ਸਰਦਾਰ ਊਧਮ ਸਿੰਘ ਜੀ ਇਤਿਹਾਸ ਸਭ ਨੂੰ ਪਤਾ ਕਿ ਜਲਿਆਂਵਾਲੇ ਬਾਗ ਦਾ ਖੂਨੀ ਕਾਂਡ ਦਾ ਬਦਲਾ 20 ਸਾਲ ਬਾਅਦ ਮਾਈਕਲ ਉਡਵਾਇਰ ਤੋਂ ਇੰਗਲੈਂਡ ਵਿੱਚ ਜਾ ਕੇ ਲਿਆ ਜਿਨ੍ਹਾਂ ਨੇ ਜ਼ੋਰ ਲਾ ਲਿਆ ਮੈਨੂੰ ਅਬਦਾਲੀਆਂ ਨੇ ਜਨਮੇ ਤੇਗ ਚੋਂ ਨਾ ਸਰਦਾਰ ਮੁੱਕੇ ਜੇਲਾਂ ਫਾਂਸੀਆਂ ਚਰਖੜੀਆਂ ਥੱਕ ਗਈਆਂ ਨਾਲ ਗੋਲੀਆਂ ਨਾ ਤਲਵਾਰ ਮੁੱਕੇ ਸ਼ਾਮ ਸਿੰਘ ਨਲੂਏ ਫੂਲਾ ਸਿੰਘ ਵੀ ਨੇ ਤੇ ਮੁੱਕੇ ਤੇ ਜੇ ਗੁਲਾਬੇ ਤੇ ਆਨੇ ਵੀ ਨੇ ਹੋ ਦੇਬੀ ਧਰਤੀ ਏ ਕੈਸੀ
ਪੰਜਾਬ ਦੀ ਯੋਧੇ ਮੁੱਕੇ ਨਾ ਇਹਦੇ ਗਦਾਰ ਮੁੱਕੇ ਯੋਧੇ ਮੁੱਕੇ ਨਾ ਇਹਦੇ ਗਦਾਰ ਮੁੱਕੇ ਅਦਾਲਤ ਊਧਮ ਸਿੰਘ ਸੀ ਵਿੱਚ ਅਦਾਲਤ ਊਧਮ ਸਿੰਘ ਸੀ ਖਰੀਆਂ ਆਖ ਸੁਣਾਉਂਦਾ ਹੋ ਤੁਸੀਂ ਜ਼ੁਲਮ ਕਮਾਉਣਾ ਜਾਣਦੇ ਸਾਨੂੰ ਬਦਲਾ ਲੈਣਾ ਆਉਂਦਾ ਸਾਨੂੰ ਬਦਲਾ ਲੈਣਾ ਆਉਂਦਾ ਸਾਨੂੰ ਬਦਲਾ ਲੈਣਾ ਆਉਂਦਾ ਜਦੋਂ ਨਾ ਹੱਕੇ ਮਾਰੇ ਕਿਉਂ ਨਾ ਉਦੋਂ ਅਦਾਲਤ ਲੱਗੀਆਂ ਕਿੱਥੇ ਸੀ ਇਨਸਾਫ ਲਹੂ ਦੀਆਂ ਨਹਿਰਾਂ ਸੀ ਜਦ ਵਗੀਆਂ ਜਦੋਂ ਨਾ ਹੱਕੇ ਮਾਰੇ ਕਿਉਂ ਨਾ ਉਦੋਂ ਅਦਾਲਤ ਲੱਗੀਆਂ ਕਿੱਥੇ ਸੀ ਇਨਸਾਫ ਲਹੂ ਦੀਆਂ ਉਹ ਕਿਸ ਕਾਨੂੰਨ ਦੇ ਥੱਲੇ ਸੀਗਾ ਗੋਲੀ ਡੈਰ ਚਲਾਉਂਦਾ ਉਹ ਤੁਸੀਂ ਜ਼ੁਲਮ ਕਮਾਉਣਾ ਜਾਣਦੇ ਸਾਨੂੰ ਬਦਲਾ ਲੈਣਾ ਆਉਂਦਾ ਸਾਨੂੰ ਬਦਲਾ ਲੈਣਾ ਆਉਂਦਾ ਸਾਨੂੰ ਬਦਲਾ ਲੈਣਾ ਮਾਵਾਂ ਦੇ ਜੋ ਅੰਮ੍ਰਿਤਸਰ ਵਿੱਚ ਮਾਰੇ
ਕੰਡੇ ਚੁਗ ਲੈ ਜਿਹੜੇ ਹੱਥੀ ਆਪ ਖਿਲਾਰੇ ਉਹ ਵੀ ਪੁੱਤ ਸੀ ਮਾਵਾਂ ਦੇ ਜੋ ਅੰਮ੍ਰਿਤਸਰ ਵਿੱਚ ਮਾਰੇ ਬਈ ਇੱਕ ਮਰਿਆ ਤਾਂ ਕੀ ਹੋਇਆ ਕਿਉਂ ਲੰਡਨ ਹੈ ਗੁਰ ਲਾਉਂਦਾ ਉਹ ਤੁਸੀਂ ਜ਼ੁਲਮ ਕਮਾਉਣਾ ਜਾਣਦੇ ਸਾਨੂੰ ਬਦਲਾ ਲੈਣਾ ਆਉਂਦਾ ਸਾਨੂੰ ਬਦਲਾ ਲੈਣਾ ਆਉਂਦਾ ਸਾਨੂੰ ਬਦਲਾ ਲੈਣਾ ਆਉਂਦਾ ਵਕੀਲਾਂ ਨੂੰ ਨਾ ਆਵੇ ਸੁਣ ਕੇ ਸੱਚੀਆਂ ਜੱਜ ਦੇ ਹੱਥੋਂ ਕਲਮ ਨਿਕਲਦੀ ਜਾਵੇ ਹੋ ਤੇ ਪੀਏ ਦੇ ਅੱਗੇ ਕੱਲ ਵਕੀਲਾਂ ਨੂੰ ਨਾ ਆਵੇ ਸੁਣ ਕੇ ਸੱਚੀਆਂ ਜੱਜ ਦੇ ਹੱਥੋਂ ਕਲਮ ਨਿਕਲਦੀ ਜਾਵੇ ਉਹ ਸਿਰ ਤੇ ਕੱਫਣ ਬੰਨਿਆ ਜੀ ਨੇ ਬਈ ਉਹ ਕੇ ਤੋਂ ਘਬਰਾਉਂਦਾ ਤੁਸੀਂ ਜ਼ੁਲਮ ਕਮਾਉਣਾ ਜਾਣਦੇ ਸਾਨੂੰ ਬਦਲਾ ਲੈਣਾ ਆਉਂਦਾ ਸਾਨੂੰ ਬਦਲਾ ਲੈਣਾ ਆਉਂਦਾ ਸਾਨੂੰ ਬਦਲਾ ਲੈਣਾ ਆਉਂਦਾ ਸਾਨੂੰ ਬਦਲਾ ਲੈਣਾ ਆਉਂਦਾ ਬਦਲਾ ਲੈਣਾ ਲੋਕਾਂ ਨੇ ਖਰਾਬ ਕਰਦੇ ਆਪਣੇ ਵੀ ਕਰੋ ਕਿਉਂਕਿ ਜਦੋਂ ਅਸੀਂ ਦੂਜੇ ਪ੍ਰੋਗਰਾਮ ਕਰਦੇ ਵਿਆਹ ਸ਼ਾਦੀ ਦੇ ਜਦੋਂ ਭੰਗੜਾ ਪੈਂਦਾ ਬੋਲੀਆਂ ਪੈਂਦੇ ਡੋਲੀ ਤੁਰ ਚੱਲੀ ਚਲੋ ਜਿਵੇਂ ਸਮਾਪਤੀ ਆ ਸਾਨੂੰ ਇੱਧਰ ਦੇਖਣਾ ਪੈਂਦਾ ਮੈਂ ਇਸ਼ਾਰੇ ਨਾਲ ਪੁੱਛਿਆ ਆਪਣੇ ਮੁੰਡੇ ਨੂੰ ਵੀ ਕਿੰਨਾ ਚਿਰ ਹੁਕਮ ਹੈ ਕਹਿੰਦੇ ਕੁਛ ਦੇਰ 10-12 ਮਿੰਟ ਹੋਰ ਅਤੇ ਮੈਂ ਸਿਲੈਕਟਡ ਕੁਛ ਮੈਂ ਜ਼ਹਿਨ 'ਚ ਇੱਕ ਤਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਸਾਡਾ ਇੱਕ ਰਚਨਾ ਮੇਰਾ ਜੀ ਕਰਦਾ ਮੈਂ ਉਹ ਸੁਣਾ ਦਿਆਂ ਕਿਉਂ ਟਾਈਮ ਦੇ ਹਿਸਾਬ ਨਾਲ ਇੱਕ ਸਫਰੀ ਸਾਹਿਬ ਦਾ ਹੋਰ ਕਲਾਮ ਹੈ ਉਹ ਮੈਂ ਜ਼ਰੂਰ ਸੁਣਾਉਣ ਚਾਹੂੰਗਾ ਸਾਡੇ ਮਨ ਦੇ ਬਹੁਤ ਨੇੜੇ ਆ ਬੜਾ ਦੇਰ ਪਹਿਲਾਂ ਉਹਨਾਂ ਨੇ ਆਗਿਆ ਦਿੱਤੀ ਸੀ ਸਾਨੂੰ ਕਿ ਬੇਟਾ ਗਾਇਆ ਕਰੋ ਬੜਾ ਪੁਰਾਣਾ 50 ਸਾਲ ਪਹਿਲਾਂ ਦਾ ਲਿਖਿਆ ਉਹਨਾਂ ਦਾ ਅਤੇ ਪਰ ਆ ਪਹਿਲਾਂ ਮੈਂ ਸੁਰ ਦਿਖਾਓ ਮੈਂ ਉਦੋਂ ਪਹਿਲਾਂ ਚਾਰ ਮਿਸਰੇ ਸਫਰੀ ਸਾਹਿਬ ਦੇ ਮੈਨੂੰ ਯਾਦ ਆ ਗਿਆ ਉਹਨਾਂ ਦੇ ਲਿਖੇ ਹੂੰ
ਜਦੋਂ ਨਾਰ ਆਜ਼ਾਦੀ ਨੇ ਲਹੂ ਮੰਗਿਆ ਤੇ ਕਦੋਂ ਸਿੰਘਾਂ ਨੇ ਦਿੱਤਾ ਜਵਾਬ ਦੱਸੋ ਜਦੋਂ ਕਦੇ ਵੀ ਹਿੰਦ ਤੇ ਭੀੜ ਪੈ ਗਈ ਉਹ ਕਿੱਥੇ ਬੋੜਿਆ ਨਹੀਂ ਪੰਜਾਬ ਦੱਸੋ ਗਿਣਤੀ ਸੌ ਚੋਂ ਸਾਡੀ ਹੈ ਦੋ ਬਣਦੀ ਬਾਰ ਬਾਰ ਨਾ ਸਾਨੂੰ ਜਨਾਬ ਦੱਸੋ ਸਿੰਘ ਖਾਤਰ ਆਜ਼ਾਦੀ ਦੀ ਮੋਏ ਕਿੰਨੇ ਸਿੰਘ ਖਾਤਰ ਆਜ਼ਾਦੀ ਦੀ ਮੋਏ ਕਿੰਨੇ ਉਹ ਸਫਰੀ ਲੋਥਾਂ ਦਾ ਕਰਕੇ ਹਿਸਾਬ ਦੱਸੋ ਵਿੱਚ ਚਿਣਨੇ ਦਾ ਫਤਵਾ ਕਾਜ਼ੀ ਨੇ ਜਦ ਲਾਇਆ ਤਾਂ ਨਵਾਬ ਕੋਟਲੇ ਦੇ ਖੜਕੇ ਵਿੱਚ ਸਭਾ ਫੁਰਮਾਇਆ ਉਹ ਕਿੱਥੇ ਸ਼ਰਾਂ ਚ ਲਿਖਿਆ ਏ ਕਿੱਥੇ ਸ਼ਰਾਂ ਚ ਲਿਖਿਆ ਏ ਫੜ ਪੇ ਦੋਸ਼ੇ ਕਤਲ ਕਰਾਣਾ ਅੱਜ ਵਾਰ ਮਸੂਫਾ ਸੂਪਿਆ ਨਰਕਾਂ ਨੂੰ ਜਾਣਾ ਓ
ਕਮਾਲ ਦੀ ਗੱਲ ਹੈ ਇਤਿਹਾਸ ਤੁਸੀਂ ਸਾਰਿਆਂ ਨੇ ਪੜ੍ਹਿਆ ਨਵਾਬ ਮਲੇਰਕੋਟਲਾ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਉਹਨਾਂ ਨੂੰ ਦਰਬਾਰੀ ਲੋਕਾਂ ਨੇ ਕਿਹਾ ਸੂਬਾ ਸਰਹੰਦ ਦੇ ਬੰਦਿਆਂ ਨੇ ਉਹ ਕਹਿੰਦਾ ਤੇਰੇ ਕੋਲ ਮੌਕਾ ਤੇਰਾ ਸਕਾ ਭਰਾ ਇਹਨਾਂ ਨੇ ਮਾਰਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਾਇਦ ਚਮਕੌਰ ਦੀ ਜੰਗ ਵਿੱਚ ਤੇਰਾ ਸਕਾ ਭਰਾ ਮਾਰਿਆ ਤੇਰੇ ਕੋਲ ਮੌਕਾ ਹੁਣ ਬਦਲਾ ਲੈ ਲੈ ਔਰ ਜਿਹੜੇ ਬੋਲ ਹੈ ਉਸ ਕਮਾਲ ਦੇ ਆ ਕਹਿੰਦਾ ਮੈਂ ਇੰਨਾ ਗਿਆ ਗੁਜ਼ਰਿਆ ਨਹੀਂ ਮੇਰੇ 'ਚ ਹਿੰਮਤ ਹੋਈ ਮੈਂ ਬਾਪ ਤੋਂ ਬਦਲ ਲੈ ਲੂੰਗਾ ਜਦੋਂ ਕਿਤੇ ਫਿਰ ਟਾਕਰਾ ਹੋਇਆ ਯੁੱਧ ਵਿੱਚ ਮੈਂ ਆਪਣੇ ਮੈਨੂੰ ਭਰਾ ਦੀ ਕੁਰਬਾਨੀ ਭੁੱਲੀ ਨਹੀਂ ਪਰ ਮੈਂ ਟੱਕਰੂੰਗਾ ਉਹਨਾਂ ਨੂੰ ਇਹ ਉਹਨਾਂ ਦੇ ਬੱਚੇ ਆ ਇਹ ਬੇਕਸੂਰ ਹੈ ਇਸਲਾਮ ਇਹਦੀ ਆਗਿਆ ਨਹੀਂ ਦਿੰਦਾ ਇਹਨਾਂ ਮਸੂਮਾਂ 'ਤੇ ਜ਼ੁਲਮ ਕੀਤਾ ਜਾਵੇ ਪੁਰਖਿਆਂ ਦਾ ਬਦਲਾ ਬੱਚਿਆਂ ਤੋਂ ਲਿਆ ਜਾਵੇ ਇਹਦੀ ਇਸਲਾਮ ਹਰਗਿਜ਼ ਆਗਿਆ ਨਹੀਂ ਦਿੰਦਾ ਬੜੇ ਕਮਾਲ ਦੇ ਬੋਲ ਹੈ ਉਹ ਫਿਰ ਉਹਨਾਂ ਨੂੰ ਕਿਹਾ ਉਹਨਾਂ ਨੇ ਹੱਥ ਵੇਖ ਤੂੰ ਉਹਦੇ ਓਏ ਜਿਹੜਾ ਦੁਸ਼ਮਣ ਅਸਲੀ ਤੇਰਾ ਬਾਪੂ ਤੇ ਵਾਰ ਕਰੇ ਮੈਨੂੰ ਦੱਸੋ ਕੀ ਦਾ ਜੇਰਾ ਹੱਥ ਵੇਖ ਤੂੰ ਉਹਦੇ ਓਏ ਜਿਹੜਾ ਦੁਸ਼ਮਣ ਅਸਲੀ ਤੇਰਾ ਬਾਪੂ ਤੇ ਵਾਰ ਕਰੇ ਮੈਨੂੰ ਦੱਸੋ ਕੀ ਦਾ ਜੇਰਾ ਬੱਚਿਆਂ ਤੇ ਫਿਰਦਾ ਏ ਬੱਚਿਆਂ ਤੇ ਫਿਰਦਾ ਏ ਬਣਿਆ ਕਾਜ਼ੀ ਦੀ ਦਰਬਾਰ ਅਜਮਾਰ ਮਸੂ ਇਸਲਾਮ ਦੇ ਨਾਂ ਉੱਤੇ ਕਿੰਨਾ ਖੂਨ ਵਹਾਇਆ ਜਾਂਦਾ ਨਿੱਤ ਚੜ੍ਹਦੇ ਸੂਰਜ ਓਏ ਹਿੰਦੂ ਸਿੱਖ ਮਰਾਇਆ ਜਾਂਦਾ ਇਸਲਾਮ ਦੇ ਨਾਂ ਉੱਤੇ ਕਿੰਨਾ ਖੂਨ ਵਹਾਇਆ ਜਾਂਦਾ ਨਿੱਤ ਚੜ੍ਹਦੇ ਸੂਰਜ ਕਚਹਿਰੀ ਤੋਂ ਨਾਲੇ ਜਾਂਦਾ ਹੰਝੂ ਕੇ
ਹੋਇਆ ਬਾਹਰ ਕਚਹਿਰੀ ਤੋਂ ਨਾਲੇ ਜਾਂਦਾ ਹੰਝੂ ਕੇਰੀ ਤੇ ਵੀ ਕਤਲ ਖੁਦਾ ਹੁੰਦਾ ਵੇਖ ਨਾ ਸਕਦੀ ਏ ਅੱਖ ਮੇਰੀ ਹੋਇਆ ਬਾਹਰ ਕਚਹਿਰੀ ਤੋਂ ਨਾਲੇ ਜਾਂਦਾ ਹੰਝੂ ਕੇਰੀ ਤੇ ਵੀ ਕਤਲ ਖੁਦਾ ਹੁੰਦਾ ਸਫਰੀ ਸਾਹਿਬ ਦੀ ਇੱਕ ਹੋਰ ਰਚਨਾ ਉਹ ਤੋਂ ਬਾਅਦ ਸਮਾਪਤੀ ਕਰਾਂਗੇ ਉਹ ਸ਼ਾਇਦ ਤੁਸੀਂ ਸੁਣਿਆ ਵੀ ਹੋਵੇ ਉਹਨਾਂ ਦਾ 50-60 ਸਾਲ ਪਹਿਲਾਂ ਦਾ ਲਿਖਿਆ ਸ਼ਾਇਦ ਰਿਕਾਰਡ ਵੀ ਹੋਇਆ ਕਿਤਾਬਾਂ 'ਚ ਛਪਿਆ ਉਹਨਾਂ ਦਾ ਇੱਕ ਗਾਣਾ ਅਸੀਂ ਅਕਸਰ ਇਹ ਗਾਉਂਦੇ ਹਾਂ ਸਟੇਜ 'ਤੇ ਇਹ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਉਹਨਾਂ ਨੂੰ ਗੁਰਦਾਸ ਨੰਗਲ ਦੀ ਗੜੀ ਤੋਂ ਗ੍ਰਿਫਤਾਰ ਕਰਕੇ ਦਿੱਲੀ ਲਿਜਾ ਰਹੇ ਉਹ ਇਤਿਹਾਸ ਆਪਾਂ ਸਾਰਿਆਂ ਨੇ ਪੜ੍ਹਿਆ ਉਸ ਮੌਕੇ ਦਾ ਦ੍ਰਿਸ਼ ਚਿਤਰਨ ਜੋ ਹਜ਼ਾਰਾਂ ਲੇਖਕਾਂ ਨੇ ਕੀਤਾ ਵਾਰਤਕ 'ਚ ਲਿਖਤਾ ਨਾਵਲ ਲਿਖੇ ਗਏ ਆ ਫਿਕਸ਼ਨ ਲਿਖੀ ਗਈ ਆ ਅਤੇ ਇਤਿਹਾਸ ਲਿਖਿਆ ਗਿਆ ਕਿ ਪਰ ਉਹ ਇੱਕ ਕਾਵਮਈ ਕਵਿਤਾ ਵਿੱਚ ਬੀਬੀ ਉਹ ਭੈਣੋ ਸੌਂ ਲੱਗੇ ਤੁਹਾਨੂੰ 5 ਮਿੰਟ ਹੋਰ ਬਹਿ ਜਾਓ 5 ਮਿੰਟ ਮੇਰੀ ਭੈਣ ਬਹਿ ਜਾਓ 2 ਮਿੰਟ ਬਹਿ ਜਾਓ 5 ਮਿੰਟ ਬਹਿ ਜਾਓ ਸਾਡੀ ਹੁਣ ਸੁਰਤ ਜੁੜੀ ਹੋਈ ਆ ਤੋੜੋ ਨਾ ਪਲੀਜ਼ ਭੈਣ ਬਣ ਕੇ ਉਸ ਮੌਕੇ ਦਾ ਬਿਆਨ ਜੋ ਕਵਿਤਾ ਵਿੱਚ ਸਫਰੀ ਸਾਹਿਬ ਨੇ ਕੀਤਾ ਉਹ ਸ਼ਾਇਦ ਕਿਸੇ ਹੋਰ ਦੇ ਹਿੱਸੇ ਆਇਆ ਹੋਵੇ ਸ਼ਾਇਦ ਤੁਸੀਂ ਸੁਣਿਆ ਹੋਵੇ ਉਸ ਮੌਕੇ ਉਸ ਮੌਕੇ ਦੇ ਸੀਨ ਨੂੰ ਜੋ ਸਫਰੀ ਸਾਹਿਬ ਨੇ ਆਪਣੀ ਕਲਮ ਰਾਹੀਂ ਕਵਿਤਾ ਵਿੱਚ ਬਿਆਨ ਕੀਤਾ ਉਹ ਤੁਹਾਡੀ ਨਜ਼ਰ ਕਰਦੇ ਜ਼ਾਲਮ ਨਿੱਤ ਜੰਮਦੇ ਤਾਂ ਵੀ ਮੁੱਕੀ ਜਾਂਦੇ ਸਿੰਘ ਨਿੱਤ ਮਰਦੇ ਤਾਂ ਵੀ ਮੁੱਕਦੇ ਨਹੀਂ ਜ਼ਾਲਮ ਦਿੰਦਾ ਏ ਜ਼ਖਮ ਸ਼ਦੀਦ ਡੂੰਗੇ ਨਵੇਂ ਲੱਗੀ ਜਾਂਦੇ ਪਹਿਲੇ ਸੁੱਕਦੇ ਨਹੀਂ ਜ਼ਾਲਿਮ ਗੋਲੀਆਂ ਜੇ ਗਿਣ ਕੇ ਮਾਰਦਾ ਨਹੀਂ ਤੇ ਲਾਸ਼ਾਂ ਗਿਣ ਕੇ ਅਸੀਂ ਵੀ ਚੁੱਕਦੇ ਨਹੀਂ ਸਫਰੀ ਲੋਕ ਸ਼ਹੀਦਾਂ ਨੂੰ ਪੂਜਦੇ ਨੇ ਸਫਰੀ ਲੋਕ ਸ਼ਹੀਦਾਂ ਨੂੰ ਪੂਜਦੇ ਨੇ ਤੇ ਕਿਸੇ ਜ਼ਾਲਮ ਦੀ ਮੜੀ ਤੇ ਥੁੱਕਦੇ ਨਹੀਂ ਉਹ ਸਮੇਂ ਦਾ ਦ੍ਰਿਸ਼ ਸਫਰੀ ਸਾਹਿਬ ਦੀ ਕਲਮ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਗ੍ਰਿਫਤਾਰ ਕਰਕੇ ਗੁਰਦਾਸ ਨਗਰ ਦੀ ਗੜੀ 'ਚੋਂ ਜਦੋਂ ਦਿੱਲੀ ਲਿਜਾ ਰਹੇ
ਸਫਰੀ ਸਾਹਿਬ ਦੀ ਕਲਮ ਤੇ ਤੁਹਾਡੇ ਸਭ ਦੇ ਚਰਨਾਂ 'ਚ ਹਾਜ਼ਰ। ਹਾਂਜੀ ਕਰਕੇ ਬਾਬਾ ਜੀ ਨੂੰ ਹਾਥੀ ਤੇ ਬਿਠਾਇਆ ਹੋਇਆ, ਸੰਗਲ ਨੂੜੇ ਹੋਏ ਆ, ਸਾਰਿਆਂ ਦੇ ਮਨ ਵਿੱਚ ਡਰ ਪੈਦਾ ਕਰਨ ਲਈ ਸਿੰਘਾਂ ਨੂੰ ਕਤਲ ਕਰਕੇ ਉਹਨਾਂ ਦੇ ਸਿਰ ਨੇਜ਼ਿਆਂ ਦੇ ਟੰਗੇ ਆ, ਉਲਟੇ ਲਟਕਾਇਆ ਕਈਆਂ ਨੂੰ, ਇਹ ਤਾਂ ਕਿ ਹਕੂਮਤ ਦੇ ਖਿਲਾਫ ਕੋਈ ਮੁੜ ਕੇ ਸਿਰ ਨਾ ਚੁੱਕੇ। ਅਸੀਂ ਪਿੰਜਰੇ 'ਚ ਹਾਥੀ ਤੇ, ਪਿੰਜਰੇ 'ਚ ਹਾਥੀ ਤੇ, ਅਸੀਂ ਪਿੰਜਰੇ 'ਚ ਹਾਥੀ ਤੇ ਸਵਾਰ ਹੋ ਕੇ ਆਏ, ਅਸੀਂ ਪਿੰਜਰੇ 'ਚ ਹਾਥੀ ਤੇ ਸਵਾਰ ਹੋ ਕੇ ਆਏ। ਉਹ ਕੋਈ ਕਹਿ ਦਿਓ ਜਲਾਦ ਨੂੰ ਤਿਆਰ ਹੋ ਕੇ ਆਏ, ਕਹਿ ਦਿਓ ਜਲਾਦ ਨੂੰ ਤਿਆਰ ਹੋ ਕੇ ਆਏ, ਹੋ ਤਿਆਰ ਹੋ ਕੇ ਆਏ, ਹੋ ਤਿਆਰ ਹੋ ਕੇ ਆਏ। ਸੋਚਦਾ ਹੁੰਦਾ ਸਫਰੀ ਸਾਹਿਬ ਦੀ ਸੰਗਤ ਕਰਨ ਦਾ ਵੀ ਮੌਕਾ ਮਿਲਿਆ, ਉਹਨੇ ਬਹੁਤ ਲਿਖਿਆ। ਉਸ ਤਕਲੀਫ ਨੂੰ, ਉਸ ਖੌਫ ਨੂੰ, ਉਸ ਜੋਸ਼ ਨੂੰ, ਉਸ ਹੌਸਲੇ ਨੂੰ ਆਪਾਂ ਵੇਖ ਸਕਦੇ ਹਾਂ, ਪੜ੍ਹ ਸਕਦੇ ਹਾਂ, ਉਹਨੂੰ ਬਿਆਨ ਕਰਨਾ ਆਪਣੇ 'ਤੇ ਮਹਿਸੂਸ ਕੇ। ਸਾਡੇ ਵਰਗੇ ਬਹੁਤ ਲਿਖਦੇ ਆ, ਸਾਡੀ ਕੋਈ ਗਿਣਤੀ ਨਹੀਂ, ਮੇਰੀ ਕੋਈ ਗਿਣਤੀ ਨਹੀਂ, ਉਹ ਸ਼ਾਇਰ ਸਲਾਮ ਦੇ ਹੱਕਦਾਰ ਆ। ਇੱਦਾਂ ਲੱਗਦਾ ਉਹ ਪੀੜ, ਉਹ ਸਾਰਾ, ਉਸ ਮੌਕੇ ਦਾ ਸਾਰਾ ਮਾਹੌਲ ਉਹਨੇ ਆਪਣੇ ਅੰਦਰ ਜਜ਼ਬ ਕੀਤਾ, ਜਿਵੇਂ ਆਪਣੇ 'ਤੇ ਹੰਡਾਇਆ ਹੋਵੇ। ਬਾਬਾ ਜੀ ਇਹ ਗੱਲਾਂ ਲਿਖਣੀਆਂ ਬਹੁਤ ਔਖੀਆਂ। ਉਹ ਸੂਰਮਿਆਂ ਨੂੰ ਸਲਾਮ ਹੈ, ਰਹਿੰਦੀ ਦੁਨੀਆਂ ਤੱਕ ਜਿੰਨੀਆਂ ਕੁਰਬਾਨੀਆਂ ਕੀਤੀਆਂ, ਪਰ ਉਹਨਾਂ ਨੂੰ ਹੂ ਬਹੂ ਆਉਣ ਵਾਲੇ ਹਜ਼ਾਰਾਂ ਸਾਲਾਂ ਲਈ ਕਾਗਜ਼ਾਂ 'ਤੇ ਲਿਖ ਦੇਣਾ, ਉਹ ਵੀ ਬਹੁਤ ਵੱਡੀ ਕਰਾਮਾਤ ਹੈ।
ਆ ਧਿਆਨ ਨਾਲ ਬੋਲ ਸੁਣਿਓ। ਧੜ ਪੈਰਾਂ ਵਿੱਚ ਰੁਲੇ, ਧੜ ਪੈਰਾਂ ਵਿੱਚ ਰੁਲੇ, ਸੀਸ ਨੇਜ਼ਿਆਂ ਤੇ ਟੰਗੇ। ਧੜ ਪੈਰਾਂ ਵਿੱਚ ਰੁਲੇ, ਸੀਸ ਨੇਜ਼ਿਆਂ ਤੇ ਟੰਗੇ, ਜ਼ੋਰ ਹਾਕਮਾਂ ਨੇ ਲਾਇਆ, ਮਾਫੀ ਇੱਕ ਵੀ ਨਾ ਮੰਗੇ। ਧੜ ਪੈਰਾਂ ਵਿੱਚ ਰੁਲੇ, ਸੀਸ ਨੇਜ਼ਿਆਂ ਤੇ ਟੰਗੇ, ਜ਼ੋਰ ਹਾਕਮਾਂ ਨੇ ਲਾਇਆ, ਮਾਫੀ ਇੱਕ ਵੀ ਨਾ ਮੰਗੇ। ਹੁਣ ਜਿਹੜਾ ਅਗਲਾ ਮਿਸਰਾ ਨਾ ਮਾਸਟਰ ਜੀ ਸੁਣਿਓ। ਧੜ ਪੈਰਾਂ ਵਿੱਚ ਰੁਲੇ, ਸੀਸ ਨੇਜ਼ਿਆਂ ਤੇ ਟੰਗੇ, ਜ਼ੋਰ ਹਾਕਮਾਂ ਨੇ ਲਾਇਆ, ਮਾਫੀ ਇੱਕ ਵੀ ਨਾ ਮੰਗੇ। 700 ਉੱਪਰ ਜ਼ੋਰ ਹਾਕਮਾਂ ਨੇ ਲਾਇਆ, ਮਾਫੀ ਇੱਕ ਵੀ ਨਾ ਮੰਗੇ। ਇੱਕੋ ਗੱਲ ਕਰੋੜਾਂ ਦੀ ਆ। ਮੌਤ ਮੌਤ ਕਿਤੇ ਉਰਾਂ ਰਹਿ ਗਈ, ਮੌਤ ਕਿਤੇ ਉਰਾਂ ਰਹਿ ਗਈ, ਸਿੰਘ ਪਾਰ ਹੋ ਕੇ ਆਏ। ਕੋਈ ਕਹਿ ਦਿਓ ਜਲਾਦ ਨੂੰ ਗੁਸਤਾਖੀ ਕਰਨ ਲੱਗਿਆ ਆਪਣੇ ਲਿਖੇ ਬੋਲ ਯਾਦ ਆ ਗਿਆ ਵਿੱਚ, ਉਹ ਵੀ ਸੁਣਾ ਦਿੰਦਾ ਆਖਰੀ ਅੰਤਰਾ ਫਿਰ ਸਫਰੀ ਸਾਹਿਬ ਦਾ। ਸਿੱਖੀ ਮਹਿਬੂਬ ਨਹੀਂ ਬਣਦੀ ਕੰਮ ਦਿਲਾਂ ਤੇ ਕਮਜ਼ੋਰਾਂ ਦੀ, ਇਹ ਆਸ਼ਕ ਸੱਚੇ ਮਰਦਾਂ ਦੀ ਪੁੱਗਦੀ ਯੋਧੇ ਬਲਕਾਰਾਂ ਨੂੰ। ਸਿੱਖੀ ਨਾਲ ਕੀਤਾ ਇਸ਼ਕ ਜਿਨਾ ਕੀ ਗੁਜ਼ਰੀ ਉਹਨਾਂ ਲੋਕਾਂ ਤੇ, ਸਿੱਖੀ ਕਿਸ ਪਹਾ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦਾਰਾਂ ਨੂੰ, ਜ਼ਰਾ ਪੁੱਛ ਕੇ ਦੇਖ ਸਰਦਾਰਾਂ ਨੂੰ। ਗੁਰੂ ਗੋਬਿੰਦ ਸਿੰਘ ਦੇ ਅੰਮ੍ਰਿਤ ਵਾਲੀਆਂ ਧਾਰਾਂ ਕਿਹੜੇ ਮੁੱਲ ਮਿਲੀਆਂ, ਇਹ ਪਹਿਨਣ ਵਾਲੇ ਜਾਣਦੇ ਨੇ ਦਸਤਾਰਾਂ ਕਿਹੜੇ ਮੁੱਲ ਮਿਲੀਆਂ। ਹੱਸ ਮੰਨਣ ਯਾਰ ਦੇ ਭਾਣੇ ਨੂੰ, ਸਿੱਖੀ ਦਾ ਪਹਿਲਾ ਕਾਇਦਾ ਏ ਤੱਤੀ ਤਵੀ ਤੇ ਸੇਜ ਵਿਛਾ ਲਈਏ। ਫੁੱਲ ਸਮਝ ਲਿਆ ਅੰਗਿਆਰਾਂ ਨੂੰ, ਜ਼ਰਾ ਪੁੱਛ ਕੇ ਦੇਖ ਸਰਦਾਰਾਂ ਨੂੰ, ਜ਼ਰਾ ਪੁੱਛ ਕੇ ਦੇਖ ਸਰਦਾਰਾਂ ਨੂੰ। ਇੱਕ ਸ਼ਹਿਨ ਸ਼ਾਹ ਮਾਛੀ ਵਾੜੇ ਜੰਗਲੀ ਹੋ ਬੇਵਤਨਾ ਪਿਆ ਰਿਹਾ, ਉਹਦਾ ਲੱਖ ਤੇ ਜਿਗਰ ਸ਼ਹੀਦੀ ਪਾ ਚਮਕੌਰ ਬੇਕਫਣਾ ਪਿਆ ਰਿਹਾ। ਬੱਚਿਆਂ ਦੇ ਲਹੂ ਦਾ ਰੰਗ ਕੈਸਾ ਤੇ ਗਾੜਾ ਕਿੰਨਾ ਹੁੰਦਾ ਏ, ਉਹਦੀ ਲੱਜ਼ਤ ਕੈਸੀ ਪੁੱਛ ਜਾ ਕੇ ਸਰਹੰਦ ਦੀਆਂ ਦੀਵਾਰਾਂ ਨੂੰ। ਜ਼ਰਾ ਪੁੱਛ ਕੇ ਦੇਖ ਸਰਦਾਰਾਂ ਨੂੰ, ਜ਼ਰਾ ਪੁੱਛ ਕੇ ਦੇਖ ਸਰਦਾਰਾਂ ਨੂੰ। ਇੱਕ ਦੇਹ ਉੱਬਲ ਕੇ ਪਾਣੀ ਵਿੱਚ, ਭਾਈ ਦਿਆਲਾ ਜੀ ਨੌਵੇਂ ਪਾਤਸ਼ਾਹ ਦੇ ਸਾਹਮਣੇ, ਇੱਕ ਦੇਹ ਉੱਬਲ ਕੇ ਪਾਣੀ ਵਿੱਚ ਉਹਨੂੰ ਪਾਣੀ ਪਾਣੀ ਕਰ ਗਈ। ਕੋਈ ਬਿਨਾਂ ਸੀਸ ਤੋਂ ਲੜਦਾ ਪਿਆ ਤੱਕ ਮੌਤ ਸ਼ਰਮ ਨਾਲ ਮਰ ਗਈ। ਸਿੱਖੀ ਦੇ ਆਸ਼ਕ ਕਰ ਗਏ ਜੋ
ਉਹ ਵਣਜ ਕਰੂਗਾ ਕੌਣ ਭਲਾ ਸਿਰ ਵਿਕ ਗਏ ਅਸੀਆਂ ਅਸੀਆਂ ਦੇ ਖੁਸ਼ੀਆਂ ਨੇ ਸ਼ਾਹੂਕਾਰ ਜ਼ਰਾ ਪੁੱਛ ਕੇ ਦੇਖ ਸਰਦਾਰਾਂ ਨੂੰ ਜ਼ਰਾ ਪੁੱਛ ਕੇ ਦੇਖ ਸਰਦਾਰਾਂ ਨੂੰ ਜ਼ਰਾ ਪੁੱਛ ਕੇ ਦੇਖ ਸਰਦਾਰਾਂ ਨੂੰ ਕਿਸ ਤਰ੍ਹਾਂ ਦੇ ਪਰਚੇ ਪੈਂਦੇ ਨੇ ਸਿੱਖੀ ਦੇ ਸਕੂਲੇ ਪੜ੍ਹਦਿਆਂ ਨੂੰ ਤੱਕ ਆਰੇ ਦੇ ਨਾਲ ਚਿਰਦਿਆਂ ਨੂੰ ਜੰਡਾਂ ਨਾਲ ਵੱਜ ਕੇ ਸੜਦਿਆਂ ਨੂੰ ਘੋੜਿਆਂ ਦੀਆਂ ਕਾਠੀਆਂ ਤੇ ਦੇਵੀ ਇਹਦੇ ਰਾਤਾਂ ਆਸ਼ਕਾਂ ਇਹਦੇ ਆਸ਼ਕਾਂ ਰਾਤਾਂ ਕੱਟੀਆਂ ਨੇ ਖੁਦ ਜਾਗੇ ਦਿੱਤਾ ਸੌਣ ਨਹੀਂ ਉਹਨਾਂ ਜ਼ੁਲਮ ਦੀਆਂ ਸਰਕਾਰਾਂ ਨੂੰ ਸਿੱਖੀ ਕਿਸ ਪਾ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦਾਰਾਂ ਨੂੰ ਪੁੱਛ ਕੇ ਦੇਖ ਸਰਦਾਰਾਂ ਨੂੰ ਜ਼ਰਾ ਪੁੱਛ ਕੇ ਦੇਖ ਸਰਦਾਰਾਂ ਨੂੰ ਦੰਦ ਜੋੜਦੇ ਹਾਂ ਆਖਰੀ ਬੰਦ ਹੈ ਸਫਰੀ ਸਾਹਿਬ ਦੇ ਰਚਨਾ ਦਾ ਕੋਈ ਕਹਿ ਦਿਓ ਜਲਾਦ ਨੂੰ ਤਿਆਰ ਹੋ ਕੇ ਆਏ ਮੇਰਾ ਮਾਸ ਭਾਵੇਂ ਸਫਰੀ ਜਮੂਰਾ ਨਾਲ ਤੋੜੋ ਪਰ ਮੈਨੂੰ ਮੇਰੇ ਗੁਰੂ ਨਾਲੋਂ ਪਾਲਣਾ ਵਿਛੋੜੋ ਮਾਸ ਭਾਵੇਂ ਸਫਰੀ ਜਮੂਰਾ ਨਾਲ ਤੋੜੋ ਪਰ ਮੈਨੂੰ ਮੇਰੇ ਗੁਰੂ ਨਾਲ ਪਾਲਣਾ ਵਿਛੋੜੋ ਮੈਨੂੰ ਮੇਰੇ ਗੁਰੂ ਨਾਲੋਂ ਪਾਲਣਾ ਵਿਛੋੜੋ ਅਸੀਂ ਦੇਣ ਕੁਰਬਾਨੀ ਅਸੀਂ ਦੇਣ ਕੁਰਬਾਨੀ ਬੇਸ਼ੁਮਾਰ ਹੋ ਕੇ ਆਏ ਕੋਈ ਕਹਿ ਦਿਓ ਜਲਾਦ ਨੂੰ ਤਿਆਰ ਹੋ ਕੇ ਆਏ ਕੋਈ ਕੋਟੀ ਕੋਟੀ ਸ਼ੁਕਰਾਨਾ ਸਾਰੀ ਸੰਗਤ ਦਾ ਗੁਰੂ ਮਹਾਰਾਜ ਦਾ ਬੀਬੀਆਂ ਭੈਣਾਂ ਦਾ ਸਾਰੇ ਦੋਸਤਾਂ ਦਾ ਪ੍ਰਬੰਧਕ ਕਮੇਟੀ ਦਾ NRI ਵੀਰਾਂ ਦਾ ਸਾਰੇ ਨਗਰ ਨਿਵਾਸੀਆਂ ਦਾ ਜਿਹਨੇ ਇੰਨਾ ਪਿਆਰ ਮੁਹੱਬਤ ਬਾਬਿਆਂ ਦਾ ਸ਼ੁਕਰਾਨਾ ਬਾਬਾ ਜੋਗੀ ਪੀਰ ਜੀ ਉਹਨਾਂ ਦੀ ਹਾਜ਼ਰੀ ਦਿੱਤੀ ਆ ਉਮੀਦ ਹੈ ਕਬੂਲ ਕਰਨਗੇ ਅਸੀਂ ਅਰਦਾਸ ਕਰਦੇ ਹਾਂ ਉਹ ਹਾਜ਼ਰੀ ਕਬੂਲ ਕਰਨ ਅਤੇ ਹੋਈਆਂ ਭੁੱਲਾਂ ਚੌਕਾਂ ਦੀ ਸਾਨੂੰ ਮਾਫ਼ੀ ਦੇਣ ਅਤੇ ਤੁਸੀਂ ਵੀ ਮਾਫ਼ ਕਰ ਦਿਓ ਸਾਡੀ ਕੋਈ ਲਫ਼ਜ਼ ਅੱਗੇ ਪਿੱਛੇ ਬੋਲਿਆ ਗਿਆ ਹੋਵੇ ਇੱਕ ਵਾਰ ਫਿਰ ਬਹੁਤ ਬਹੁਤ ਸ਼ੁਕਰਾਨਾ ਥੈਂਕ ਯੂ ਸੋ ਮੱਚ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਾਬ ਦੇਵੀ ਮਖਸੂਸਪੁਰੀ ਸਾਹਿਬ ਉਹਨਾਂ ਦਾ ਸਨਮਾਨ ਹੋਏਗਾ ਆਓ ਸਾਰੀ ਸੰਗਤ ਇੱਕ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਜੋ ਬੋਲੇ ਸੋ ਨਿਹਾ ਸੋ ਪੂਰੀ ਪ੍ਰਬੰਧਕ ਕਮੇਟੀ ਦੇ ਵੱਲੋਂ ਜਨਾਬ ਦੇਵੀ ਮਖਸੂਸਪੁਰੀ ਸਾਹਿਬ ਉਹਨਾਂ ਦਾ ਸਨਮਾਨ ਕੀਤਾ ਜਾਣਾ
ਸੋ ਇੱਕ ਵਾਰ ਫਿਰ ਤੋਂ ਸਾਰੀ ਪ੍ਰਬੰਧਕ ਕਮੇਟੀ ਦੇ, ਨਗਰ ਨਿਵਾਸੀਆਂ ਦੇ, ਐਨ ਆਰ ਆਈ ਵੀਰਾਂ ਦੇ ਸ਼ੁਕਰਗੁਜ਼ਾਰ ਹਾਂ। ਸੋ ਸਪੈਸ਼ਲੀ ਸ਼ੁਕਰਗੁਜ਼ਾਰ ਹਾਂ ਜੀ ਸਾਡੇ ਮਨਜੀਤ ਭਾਅ ਜੀ ਰੈਪੇ ਵਾਲੇ ਕੈਨੇਡਾ ਤੋਂ, ਜਿਨ੍ਹਾਂ ਦੀ ਬਦੌਲਤ ਅੱਜ ਇਸ ਦਰਬਾਰ 'ਤੇ ਹਾਜ਼ਰੀ ਲਾਉਣ ਦਾ ਮੌਕਾ ਮਿਲਿਆ। ਸੋ ਸ਼ੁਕਰਗੁਜ਼ਾਰ ਹਾਂ ਇੱਕ ਵਾਰ ਫਿਰ ਤੋਂ ਸਾਰੀ ਪ੍ਰਬੰਧਕ ਕਮੇਟੀ ਦੇ, ਨਗਰ ਨਿਵਾਸੀ, ਐਨ ਆਰ ਆਈ ਵੀਰਾਂ ਦੇ। ਜ਼ਿੰਦਗੀ ਰਹੀ ਤਾਂ ਕਦੇ ਫਿਰ ਮਿਲਾਂਗੇ, ਜਿਉਂਦਿਆਂ ਦੇ ਸਦਾ ਨਹੀਂ ਵਿਛੋੜੇ ਰਹਿਣਗੇ। ਸ਼ਬਾ ਖੈਰ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।